ਵੀਡੀਓ ਦਾ ਟਾਈਟਲ ਹੈ ਕਿ ਭੂਤ ਪ੍ਰੀਤ ਕੌਣ ਹੈ ਜੰਨਤ ਦੋਜ਼ਖ ਦਾ ਕੀ ਕਨਸੈਪਟ ਹੈ ਗੁਰਬਾਨੀ ਇਹ ਦੋਨਾਂ ਚੀਜ਼ਾਂ ਦੇ ਬਾਰੇ ਕੀ ਕਹਿੰਦੀ ਹੈ ਸਹੀ ਠੀਕ ਹੈ ਆਪਾਂ ਇਹ ਵੀਡੀਓ ਨੂੰ ਦੇਖਣੀ ਐ ਐਸ ਐਮ ਟੀਵੀ ਵਾਲਿਆਂ ਨੇ ਇਹ ਵੀਡੀਓ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਾਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਾਜੇ ਬਹੁਤ ਸਾਰੀ ਇਨਫਾਰਮੇਸ਼ਨ ਆਪਾਂ ਨੂੰ ਮਿਲਣ ਵਾਲੀ ਐ ਇਸ ਵੀਡੀਓ ਦੇ ਵਿੱਚ ਭੂਤ ਪ੍ਰੇਤ ਹੁੰਦੇ ਹਾਂਜੀ ਬਿਲਕੁਲ ਜੂਨਾ ਹੁੰਦੀਆਂ ਜੀ ਹੁੰਦੀਆਂ ਹਾਂਜੀ ਬਹੁਤੀਆਂ ਜੂਨਾ ਜਿਹੜੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਭੂਤ ਪ੍ਰੇਤ ਸੂਕਰ ਮਿਰਗਾਚ ਇਹ ਜੂਨਾ ਦੱਸਿਆਂ ਗਿਆ ਨਾ ਕਈ ਕਈ ਕੋ ਉਹ ਤੋਂ ਉਤਪ੍ਰੇਤ ਸੁਕਰ ਮਰਗਾ ਜਿਹੜੀ ਇਹ ਜੂਨ ਹੁੰਦੀ ਆ ਨਾ ਇਹ ਜੂਨਾ ਜਿਹੜੀਆਂ ਹੁੰਦੀਆਂ ਨੇ ਬਹੁਤ ਸੁਖਮ ਹੁੰਦੀਆਂ ਸੁਖਮ ਮਤਲਬ ਚੰਗੀਆਂ ਤੇ ਉਹ ਭੂਤ ਬਣੇ ਕਾਦੇ ਆ ਕਿਹੜੇ ਤੱਤਾਂ ਦੇ ਬਣੇ ਇਹ ਜਿਵੇਂ ਹੁਣ ਆਪਣਾ ਇਨਸਾਨੀ ਸਰੀਰ ਆ ਇਹ ਜਿਵੇਂ ਪੰਜੇ ਤੱਤ ਪੂਰੇ ਆਪਾਂ ਐਕਟੀਵੇਟ ਕਰਕੇ ਚੱਲਦੇ ਆ ਸਾਰੀ ਖੇਲ ਤਾਂ ਪੰਜੇ ਤੱਤਾਂ ਦੀ ਆ ਪਰ ਕੋਈ ਜੂਨਾ ਹੁੰਦੀਆਂ ਜਿਹੜੀਆਂ ਸਿਰਫ ਦੋ ਤੱਤਾਂ 'ਚ ਖੇਡਦੀਆਂ ਤੱਤ ਮਤਲਬ ਜਿਵੇਂ ਪੌਣ ਤੱਤ ਹੋ ਗਿਆ ਆਕਾਸ਼ ਤੱਤ ਹੋ ਗਿਆ ਇਨਸਾਨ ਪੰਜ ਤਤਾਂ ਤੋਂ ਬਣਦਾ ਕਿਵੇਂ ਹੁੰਦਾ ਬੰਦਾ ਮਰ ਗਿਆ ਹਾਂਜੀ ਉਸ ਤੋਂ ਬਾਅਦ ਉਹਦੀ ਆਤਮਾ ਨਿਕਲ ਗਈ ਤੁਸੀਂ ਕਹਿੰਦੇ ਹੋ ਉਸ ਨੂੰ ਮਨ ਨਿਕਲ ਗਿਆ ਹਾਂਜੀ ਹਾਂਜੀ ਫਿਰ ਇਹ ਭੂਤ ਬਣੂ ਪ੍ਰੇਤ ਪਣੂ ਦੁਬਾਰਾ ਜੰਮੇ ਚ ਜਾਊਗਾ ਜਾਂ ਮੁਕਤ ਹੋ ਜਾਊਗਾ ਇਹ ਕੌਣ ਤੈਅ ਕਰ ਰਿਹਾ ਇਹੀ ਲਾਅ ਆਫ ਅਟਰੈਕਸ਼ਨ ਕੁਦਰਤ ਹੈ ਨਾ ਕੁਦਰਤ ਕਰਿਆ ਵਿਚਾਰੋ ਲੇਖਾ ਰੱਬ ਮੰਗੇਸ਼ੀਆ ਬੈਠਾ ਕੱਢ ਵਹੀ ਉਹ ਮਾਲਕ ਨੇ ਜੇ ਉਹਦੇ ਬਣਦੇ ਆ ਗੁਣ ਭੂਤ ਵਾਲੇ ਤਾਂ ਹੀ ਉਹਨੂੰ ਬਣਾਉਣਾ ਐਵੇਂ ਨਹੀਂ ਬਣਾ ਦੇਣਾ ਜਿਵੇਂ ਹੁਣ ਬਾਬੇ ਤਾਂ ਕਹਿੰਦੇ ਆ ਜਿਹੜਾ ਐਕਸੀਡੈਂਟ ਹੋ ਗਿਆ ਤਾਂ ਭੂਤ ਬਣ ਗਿਆ ਕੋਈ ਦਰਗਾਹ ਹੈ ਕੋਈ ਨਰਕ ਤੇ ਸਵਰਗ ਹੈ ਹਾਂਜੀ ਹਾਂਜੀ ਉਹ ਫਿਜ਼ੀਕਲ ਰੂਪ ਚ ਲੋਕ ਸੋਚਦੇ ਆ ਵੀ ਉੱਥੇ ਕਿਸੇ ਸ਼ਾਇਦ ਦੀਆਂ ਨਦੀਆਂ ਨੇ ਦੁੱਧ ਦੀਆਂ ਨਦੀਆਂ ਨੇ ਉਧਰ ਦੂਜੇ ਪਾਸੇ ਦੇਗਾ ਉਬਲ ਰਹੀਆਂ ਤੇ ਉਹਦੇ ਚ ਸਿੱਟ ਦਿੰਦੇ ਆ ਤੇ ਰੱਬ ਕੋਈ ਫਿਜ਼ੀਕਲੀ ਕੁਝ ਬੈਠਾ ਕਿਤੇ ਤੇ ਉਹ ਚਿਤਰਗੋਪਤ ਤੇ ਧਰਮਰਾਜ ਵੀ ਫਿਜ਼ੀਕਲ ਬੀਂਗ ਨੇ ਫਿਰ ਉਹ ਲੈਂਡ ਆਉਂਦੇ ਆ ਤੁਹਾਨੂੰ ਹਾਂਜੀ ਹਾਂ ਇਹ ਸਾਰਾ ਕਨਸੈਪਟ ਆਮ ਧਾਰਨਾਵਾਂ ਚ ਲੋਕਾਂ ਦੇ ਦਿਮਾਗ ਚ ਬਣਦੇ ਆ ਸਭ ਇਹਦੇ ਬਾਰੇ ਕਲੈਰਟੀ ਦਿਓ ਫਿਰ ਉਹ ਸਵਰਗ ਤੇ ਨਰਕ ਕੀ ਹੈ ਜੇ ਉਹ ਸਾਡਾ ਫਿਜ਼ੀਕਲ ਰੂਪ ਜਾ ਹੀ ਨਹੀਂ ਰਿਹਾ ਉੱਤੇ ਸਿਰਫ ਮਨ ਜਾ ਰਿਹਾ ਫਿਰ ਉਹ ਉਹ ਉੱਥੇ ਭਾਵੇਂ ਉਬਾਲਦੇ ਹੋ ਤੇ ਭਾਵੇਂ ਉਹਨੂੰ ਕੁਝ ਕਰਦੇ ਉਹਨੂੰ ਘੜਾ ਅਸਰ ਹੋ ਰਿਹਾ ਮਨ ਦੇ ਪੰਜ ਤਤ ਇਹਨਾਂ ਅੱਖਾਂ ਨਾਲ ਨਹੀਂ ਧਿਆਨ ਦੁਆਰਾ ਉਹਦੇ ਉੱਪਰ ਇੱਕ ਦੇਹੀ ਹੁੰਦੀ ਆ ਸੂਖਮ ਦੇਹੀ ਠੀਕ ਹੈ ਸੂਖਮ ਮੂਰਤ ਨਾਮ ਨਰੰਜਣ ਕਾਇਆ ਕਾ ਆਕਰ ਉਹ ਜਦੋਂ ਫਿਰ ਦੇਹੀ ਜਿਹੜਾ ਇੱਥੇ ਨਾਮ ਦਾ ਧਿਆਨ ਧਰਿਆ ਨਹੀਂ ਸਿਰਫ ਕਰਮ ਕਰਦਾ ਇੱਥੋਂ ਨਿਕਲਿਆ ਜਿਵੇਂ ਰਾਤ ਨੂੰ ਨਿਕਲਦਾ ਮਨ ਹੂੰ ਸੁਪਨੇ 'ਚ ਗਿਆ ਉਹ ਸੂਖਮ ਦੇਹੀ ਦੇਖਦੀ ਆ ਉਹ ਸੂਖਮ ਦੇ ਵਿੱਚ ਆਉਂਦੇ ਤੇ ਤਸ਼ੱਦਦ ਹੁੰਦੀ ਆ ਮਹਾਰਾਜ ਤਾਂ ਕਹਿੰਦੇ ਆ ਤੇ ਤਸਕਰ ਜੋ ਨਾਮ ਨਾ ਲੇਵਾ ਵਸਾਏ ਕੋਟ 55 50 ਕੋਟ ਥੱਲੇ ਜਾ ਕੇ ਵੀ ਜੀ ਪ੍ਰਗਟ ਕੀਤੇ ਹੋਏ ਮਾਲਕ ਨੇ ਕਹਿੰਦੇ ਜਿਹੜਾ ਝੂਠਾ ਜਿਹੜਾ ਇਥੇ ਫਿੱਤਰਤ ਕਮਾਉਂਦਾ ਮਾੜਾ ਕਰਦਾ ਸਮਾਂ ਦਿੱਤਾ ਉਹਦਾ ਉਪਯੋਗ ਨਹੀਂ ਜ਼ੁਰਪਯੋ ਕਰਦਾ ਕਹਿੰਦੇ 50 ਕੋਟ ਥੱਲੇ ਜਾ ਕੇ ਮੈਜ ਉਹਨਾਂ ਦੇ ਨਾਲ ਅਸੀਂ ਤਾਂ ਇਹਦੇ 'ਚ ਲੱਗੇ ਆ ਵੀ ਸਾਈਂ ਜੀ ਵੀਜ਼ਾ ਲਵਾ ਦੇਣਗੇ ਕਿ ਨਹੀਂ ਲਵਾ ਦੇਣਗੇ ਉਹ ਹੁਣ ਸੰਸਾਰੀ ਜਿੰਨਾ ਚਿਰ ਸਵਾਸਾਂ ਦਾ ਧੰਨ ਹੈ ਭਾਵੇਂ ਵੀਜ਼ੇ ਲਵਾ ਲਓ ਪਾਵੇਂ ਤੇ ਸ਼ਰਾਬਾ ਪੀ ਲੋ ਪਾਵੇਂ ਤੇ ਜੋ ਮਰਜ਼ੀ ਕਰੋ ਉਹ ਤਾਂ ਬਾਹਰ ਚੜੀ ਜਾਂਦੀਆਂ ਹਾੜੀ ਕਿਤੇ ਕਿਤੇ ਸulfe ਚੱਲੀ ਜਾਂਦੇ ਆ ਇਹੀ ਤਾਂ ਇੱਕ ਤਰਾਸ ਦੀ ਆ ਜੀ ਕੌਮ ਨੂੰ ਕਿਹੜੇ ਪਾਸੋਂ ਕਿਹੜੇ ਪਾਸੇ ਲਜਾਇਆ ਜਾ ਰਿਹਾ ਅਗੇ ਆਂਤਾਂ ਦੇ ਵਿੱਚ ਜਿਹੜੇ ਇਹ ਡੇਰੇ ਚੱਲਦੇ ਆ ਉਹ ਡੇਰਿਆਂ ਤੇ ਜਾ ਕੇ ਕੋਈ ਕਹਿੰਦਾ ਜੀ ਐਨੇ ਵੀਰਵਾਰ ਸੁੱਖ ਦੋ ਕੋਈ ਕਹਿੰਦਾ ਇੰਨੀਆਂ ਮੱਸਿਆ ਸੁੱਖ ਦੋ ਚਰਾਗ ਬਾਲ ਦਿਓ ਚਰਾਗ ਬਾਲ ਦਿਓ ਕੋਈ ਕਹਿੰਦਾ ਕਿ ਜਿਹੜਾ ਹੈਗਾ ਇੱਥੇ ਜੀ ਤੁਸੀਂ ਜੇ ਤੁਹਾਡੇ ਸਰੀਰ ਦੇ ਉੱਪਰ ਕੋਈ ਮੱਛੇ ਨਿਕਲਿਆ ਆਇਆ ਪੇਤ ਨਿਕਲਿਆ ਆ ਐਨੀਆਂ ਲੂਣ ਦੀਆਂ ਥੈਲੀਆਂ ਤੇ ਨਾਲ ਬੋਕਰ ਚੜਾ ਦਿਓ ਜਾ ਚੜਾਈ ਜਾਂਦੇ ਲੋ ਹਾਂਜੀ ਜਾ ਚੜਾ ਦਿਓ ਉਹ ਫਿਰ ਸਾਰਾ ਇਹ ਨੂੰ ਗੁਰਬਾਣੀ ਵਿੱਚ ਕਾਲ ਦਾ ਅਜਾਲ ਅਗਿਆਨਤਾ ਮਨਮੁਖੀ ਪੂਜਾ ਵਿਪਰਨ ਦੀ ਪੂਜਾ ਜਿਹੜੀ ਆ ਉਹ ਕਿਹਾ ਗਿਆ ਇਹ ਸਾਰਾ ਬਸ ਐਸਾ ਜਦੋਂ ਕੋਈ ਕੋ ਭਾਵਨਾ ਲੈ ਕੇ ਤੁਸੀਂ ਜਾਣੇ ਆਂ ਕਿ ਇੱਥੇ ਇੱਕ ਪੱਥਰ ਆ ਜੀ ਇੱਥੇ ਇੱਕ ਚਰਾਗ ਬਾਲਿਆਂ ਆ ਆ ਹੋ ਜਾਂਦਾ ਕਬਰਾਂ ਤੇ ਗਏ ਜਾਂ ਮੜੀਆਂ ਨਸਾਨੀਆਂ ਤੇ ਗਏ ਤੁਸੀਂ ਕਹਿ ਰਹੇ ਹੋ ਕਿ ਜਦੋਂ ਵੱਡੀ ਗਿਣਤੀ ਚ ਲੋਕ ਜਾਂਦੇ ਆ ਤਾਂ ਉੱਥੇ એનર્ਜੀ ਇਕੱਠੀ ਹੋ ਜਾਂਦੀ ਐਨਰਜੀ ਇਕੱਠੀ ਹੋਣ ਨਾਲ ਥੋੜੀ ਸਪਿਰਚੁਅਲ ਪਾਵਰ ਹੀ ਤੁਹਾਡੇ ਤੇ ਕੰਮ ਕਰ ਰਹੀ ਆ ਉਹ ਉਹ ਸਥਾਨ ਸਤੂਨ ਕੋਈ ਕੰਮ ਨਹੀਂ ਕਰ ਰਹੀ ਆ ਸੁੱਖਾਂ ਦੀ ਭਾਲ 'ਚ ਰੱਬ ਦੀ ਭਾਲ 'ਚ ਆਪਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੀ ਪੂਰਤੀ ਵਾਸਤੇ ਥਾਂ-ਥਾਂ ਤੇ ਮੱਥੇ ਰਗੜਦੇ ਫਿਰਦੇ ਆਂ ਥਾਵਾਂ 'ਤੇ ਜਾ-ਜਾ ਕੇ ਲੋਕਾਂ ਨੂੰ ਪੂਜਦੇ ਆਂ ਬੰਦੇ ਨੂੰ ਪੂਜਦੇ ਆਂ ਕੋਈ ਪੱਥਰ ਪੂਜਦਾ ਬਾਣੀ ਤਾਂ ਕਹਿੰਦੀ ਹੈ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹਮ ਇਸ ਗੱਲ ਦਾ ਮਤਲਬ ਕੀ ਹੈ ਤੇ ਅਸੀਂ ਜੋ ਕਰ ਰਹੇ ਆਂ ਉਹਦੇ 'ਚ ਕਿੰਨਾ ਕੁ ਫਰਕ ਹੈ ਅੱਜ ਇਸ ਬਾਰੇ ਗੱਲ ਕਰਾਂਗੇ ਗੁਰਬਾਣੀ ਦੇ ਲਿਹਾਜ਼ ਨਾਲ ਜ਼ਿੰਦਗੀ ਕਿਵੇਂ ਜੀਣੀ ਹੈ ਜੀਵਨ ਜਾਂਚ ਕੀ ਹੋਣੀ ਚਾਹੀਦੀ ਹੈ ਔਰ ਉਸ ਗੁਰੂ ਨੂੰ ਪਾਉਣ ਦਾ ਮੰਤਰ ਕੀ ਹੈ ਅੱਜ ਤੱਕ ਬਹੁਤ ਸਾਰੀਆਂ ਚਰਚਾਵਾਂ ਹੁੰਦੀਆਂ ਕਿ ਦੀਵਾਨ ਲੱਗਦੇ ਆ ਮੈਡੀਟੇਸ਼ਨ ਸੈਂਟਰ ਹੁੰਦੇ ਆ ਪਰ ਉਸ ਉਸ ਅਸਲ ਮੰਤਰ ਦਾ ਅਭਿਆਸ ਕਿਵੇਂ ਕਰਨਾ ਹੈ ਇਹਦੇ ਬਾਰੇ ਜ਼ਿਕਰ ਨਹੀਂ ਹੁੰਦੀ ਪ੍ਰਭ ਮਿਲਨੇ ਕਾ ਚਾਉ ਸਥਾਨ ਟੋਹਾਣਾ ਵਿਖੇ ਜਿੱਥੇ ਸੇਵਾ ਨਿਭਾਰੇ ਨੇ ਭਾਈ ਸਿਮਰਨਜੀਤ ਸਿੰਘ ਅੱਜ ਉਹਨਾਂ ਦੇ ਨਾਲ ਇਹ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਇੱਥੋਂ ਹੀ ਸ਼ੁਰੂ ਕਰਨਾ ਚਾਹੁੰਨਾ ਕਿ ਜਿਹੜੀ ਪੰਕਤੀ ਦਾ ਮੈਂ ਜ਼ਿਕਰ ਕੀਤਾ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਅਸੀਂ ਇਹਦੇ ਤੋਂ ਕਿੰਨੇ ਦੂਰ ਆ ਜੀ ਹਾਂਜੀ ਗੁਰੂ ਪਿਆਰੇਓ ਜਦੋਂ ਆਪਾਂ ਗੁਰਬਾਣੀ ਦੀ ਵਿਚਾਰ ਕਰਾਂਗੇ ਤਾਂ ਫਿਰ ਆਪਾਂ ਨੂੰ ਇਹ ਕਨਸੈਪਟ ਦੀ ਸਮਝ ਆਉਂਦੀ ਆ ਹਮ ਹੁਣ ਗੁਰਬਾਣੀ ਗੁਰੂ ਆਪਾਂ ਨੂੰ ਇਹ ਸਾਡੇ ਸਰੀਰ ਨੂੰ ਜਿਹੜਾ ਹੈਗਾ ਉਹ ਇੱਕ ਬ੍ਰਹਿਮੰਡ ਦਾ ਨਕਸ਼ਾ ਦੱਸਦੇ ਆ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ਹੁਣ ਜਿਹੜਾ ਮਨ ਜੋਤ ਸਰੂਪ ਗੁਰਬਾਣੀ ਵਿੱਚ ਕਿਹਾ ਨਾ ਉਹ ਜਿਹੜਾ ਹੁਣ ਦੇਖੋ ਸੰਸਾਰੀ ਜੀਵ ਆ ਉਹ ਸਿਰਫ ਇਸ ਸਰੀਰ ਕਰਕੇ ਜਿਉਂਦਾ ਉਹਨੂੰ ਲੱਗਦਾ ਸਭ ਕੁਝ ਮੇਰਾ ਸਰੀਰ ਆ ਮੈਨੂੰ ਭੁੱਖ ਲੱਗ ਰਹੀ ਆ ਮੈਂ ਨਹਾਉਣਾ ਮੈਂ ਖਾਣਾ ਮੈਂ ਪੈਸੇ ਕਮਾਉਣੇ ਆ ਪਰ ਗੁਰਬਾਣੀ ਗੁਰੂ ਕਹਿੰਦੇ ਜੇ ਕੱਲਾ ਸਰੀਰ ਕਰਕੇ ਤੁਸੀਂ ਜਿਉਂਦੇ ਹੋ ਸਰੀਰ ਨੂੰ ਚਲਾਹ ਕੌਣ ਰਿਹਾ ਹੂੰ ਉਹਦੀ ਤੁਸੀਂ ਨੌਲੇਜ ਨਹੀਂ ਲੈਂਦੇ ਤੇ ਮਹਾਰਾਜ ਜੀ ਤੇ ਪਾਸ਼ਾ ਕਹਿੰਦੇ ਤੁਸੀਂ ਪਸ਼ੂਆਂ ਤੋਂ ਪ੍ਰੇਤਾ ਤੋਂ ਮੁਗਧਾਂ ਤੋਂ ਹੀ ਮਾੜੇ ਹੋ ਤੇ ਉੱਥੇ ਫਿਰ ਜਦੋਂ ਨੌਲੇਜ ਕੱਲੀ ਗੱਲ ਨਹੀਂ ਕਹਿੰਦੇ ਸਾਨੂੰ ਦੱਸ ਦੇ ਵੀ ਆ ਉਹ ਕਹਿੰਦੇ ਆ ਵੀ ਇਸ ਸਰੀਰ ਨੂੰ ਚਲਾਉਣ ਵਾਲਾ ਜਿਹੜਾ ਮਨ ਹੈ ਉਹ ਜਿਸ ਤਰ੍ਹਾਂ ਇਹ ਸਰੀਰ ਤਾਂ ਰੰਗਾਂ ਦੇ ਵਿੱਚ ਉਹ ਇੱਕ ਜੋਤ ਸਰੂਪੀ ਪੰਜਾਂ ਤੱਤਾਂ ਦਾ ਬਣਿਆ ਹੋਇਆ ਆਕਾਰ ਹੈ ਉਹ ਇਸ ਸਰੀਰ ਨੂੰ ਚਲਾਉਂਦਾ ਹੈ ਮਨ ਚਲਾਉਂਦਾ ਸਰੀਰ ਨੂੰ ਮਨ ਸਰੀਰ ਨੂੰ ਚਲਾਉਂਦਾ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਜਾਂ ਦਿਮਾਗ ਤੋਂ ਸੋਚੋ ਜਾਂ ਮਨ ਤੋਂ ਸੋਚੋ ਹਾਂਜੀ ਹਾਂਜੀ ਇਹਦੇ ਵਿੱਚ ਕੀ ਫਰਕ ਹੈ ਫਿਰ ਇਹਦੇ ਵਿੱਚ ਦੇਖੋ ਜਿਹੜਾ ਇਹ ਸਰੀਰ ਆ ਇਹਦੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਗੁਰਮਤ ਚ ਕਹਿੰਦੇ ਆ ਇਹਨੂੰ ਸੋਚਣ ਦਾ ਇਹਦਾ ਦੇਖਣ ਦਾ ਇਹਦਾ ਬੋਲਣ ਦਾ ਪ੍ਰੋਸੈਸ ਜਿਹੜਾ ਆ ਆਪਾਂ ਸੌਫਟਵੇਅਰ ਕਹਿ ਲਈਏ ਉਹ ਵੱਖਰਾ ਹਮ ਪਰ ਜਿਹੜਾ ਇਸ ਮਨ ਜਿਹੜਾ ਇਸ ਸਰੀਰ ਨੂੰ ਚਲਾ ਰਿਹਾ ਉਹਦਾ ਸੋਚਣ ਦਾ ਉਹਦਾ ਦੇਖਣ ਦਾ ਉਹਦਾ ਟੰਗ ਜਿਹੜਾ ਵੱਖਰਾ ਆ ਮਨ ਰੂਲ ਕੌਣ ਕਰਦਾ ਹੈ ਕੰਟਰੋਲ ਕੌਣ ਕਰਦਾ ਚੀਜ਼ਾਂ ਨੂੰ ਮਨ ਅਤੇ ਤਨ ਦਾ ਦੋਨਾਂ ਦਾ ਸੁਮੇਲ ਇਹਨਾਂ ਦੇ ਵਿੱਚ ਦੋ ਤਾਕਤਾਂ ਲਾ ਲੋ ਵੀ ਜਿਹੜੀਆਂ ਇਹਨੂੰ ਮਨ ਨੂੰ ਖੜਾਉਂਦੀਆਂ ਪਈਆਂ ਮਨ ਅਤੇ ਤਨ ਦਾ ਪ੍ਰੋਸੈਸ ਚਲਾ ਰਹੀਆਂ ਇੱਕ ਤਾਂ ਆਤਮਾ ਆ ਔਰ ਦੂਸਰਾ ਕਾਲ ਜਾਂ ਆਪਾਂ ਕਹਿ ਦਈਏ ਕਾਮ ਕਰੋ ਲੋ ਮੋਹਾਂਕਾਰ ਪੰਜੇ ਦੂਤਾਂ 네ਗੇਟਿਵ ਤੇ ਪੋਜ਼ਿਟਿਵ ਥਾਟ ਜਿਹੜੇ ਚੱਲਦੇ ਆ ਉਹਦੇ ਵਿੱਚੋਂ ਫੈਸਲਾ ਮਨ ਲੈਂਦਾ ਕਿਉਂਕਿ ਮਨ ਨੂੰ ਮੁਖੀ ਬਣਾਇਆ ਹੈ ਇਸ ਸਰੀਰ ਦਾ ਆਤਮਾ ਵੀ ਉਹਨੂੰ ਅੰਦਰੋਂ ਸਲਾਹ ਦਿੰਦੀ ਆ ਵੀ ਜਿਵੇਂ ਆਹ ਗੱਲ ਕਰਨੀ ਆ ਆਹ ਬਚਣ ਨਾ ਕਰਨਾ ਨਹੀਂ ਕਰਨਾ ਅੰਦਰੋਂ ਪੰਜੇ ਦੂਤ ਵੀ 네ਗੇਟਿਵ ਪ੍ਰੋਸੈਸ ਦੇ ਵਿੱਚ ਵੀ ਸਲਾਹ ਦਿੰਦੇ ਆ ਪਰ ਮਨ ਨੇ ਦੇਖਣਾ ਸਰੀਰ ਦੇ ਜਿਹੜੇ ਗਿਆਨ ਇੰਦਰੀ ਕਰਮ ਇੰਦਰੀ ਆ ਇਹ ਤਾਂ ਕਹਿਣਗੇ ਵੀ ਜਿਵੇਂ ਹੁਣ ਆਪਾਂ ਮੰਨ ਲਓ ਕੋਈ ਨਸ਼ੇ ਦੀ ਗੱਲ ਆ ਕੋਈ ਆਪਾਂ ਕਿਸੇ ਨੂੰ ਮੰਦਾ ਬਚਨ ਬੋਲਦੇ ਆ ਸਰੀਰ ਨੇ ਉਸੇ ਟਾਈਮ ਕਹਿ ਦੇਣਾ ਵੀ ਇਹਨੇ ਤੈਨੂੰ ਮਾੜਾ ਕਿਹਾ ਪੰਜਾਂ ਦੂਤਾਂ ਨੇ ਅੰਦਰ ਸਾਨੂੰ ਵਿਚਾਰ ਦੇਣਾ ਤੇ ਤੂੰ ਵੀ ਇਹਨੂੰ ਗਾਲ ਕੱਢ ਦੇ ਤੂੰ ਵੀ ਇਹਦੇ ਥੱਪੜ ਮਾਰ ਦੇ ਜਾਂ ਸ਼ਰਾਬ ਦੇ ਜਾਂ ਕੋਈ ਨਸ਼ੇ ਦੀ ਪ੍ਰਸਾ ਪਰ ਜਦੋਂ ਉਹ ਨਾਲੋਂ ਨਾਲ ਮਨ ਨੂੰ ਅੰਦਰੋਂ ਆਤਮਾ ਨੇ ਵੀ ਸਮਝਾਉਣਾ ਵੀ ਨਹੀਂ ਆਹ ਕੰਮ ਨਹੀਂ ਕਰਨਾ ਗੁਰੂ ਇਸ ਦੀ ਆਗਿਆ ਨਹੀਂ ਦਿੰਦਾ ਤੇਰੇ ਮਾਪੇ ਨੇ ਤੈਨੂੰ ਕੀ ਸਿਖਾਇਆ ਤੇਰੇ ਸੰਸਕਾਰ ਤੈਨੂੰ ਕੀ ਕਹਿੰਦੇ ਆ ਮਨ ਜਿਹੜਾ ਕੁਝ ਰੂਲ ਕਰਦਾ ਪਰ ਥੌਟ ਪ੍ਰੋਸੈਸ ਇੱਕ ਆਤਮਾ ਦਾ ਆ ਗੁਰੂ ਜੀ ਨੂੰ ਕਹ ਦਿੱਤਾ ਗਿਆ ਇੱਕ ਪੰਜਾ ਦਾ ਆ ਇਹ ਪ੍ਰੋਸੈਸ ਦੇ ਵਿੱਚ ਸਾਰਾ ਸਰੀਰ ਚੱਲਦਾ ਤੇ ਮਾਰ ਕਹਿੰਦੇ ਇਸ ਨੂੰ ਪਛਾਣੋ ਤੁਸੀਂ ਪਛਾਣ ਰਹੇ ਨਹੀਂ ਤੁਸੀਂ ਸਿੱਧਾ ਆਪ ਮੁਹਾਰਾ ਚੱਲੀ ਜਾ ਰਹੇ ਹੋ ਇਸੇ ਕਰਕੇ ਤੁਹਾਡਾ ਜੀਵਨ ਜਿਹੜਾ ਨਾ ਦਿੱਤੀ ਹੋਇਆ ਜਿਵੇਂ ਲੋਕ ਵੱਖ-ਵੱਖ ਥਾਵਾਂ ਤੇ ਜਾਣ ਲੱਗੇ ਵੀ ਸਾਡੀ ਪੂਰਤੀ ਹੋ ਜੇ ਇੱਥੋਂ ਸਾਨੂੰ ਕੁਝ ਮਿਲ ਜੇ ਸਾਨੂੰ ਕੋਈ ਲਾਭ ਹੋ ਜੇ ਸਾਡੇ ਦੁੱਖ ਕੱਟੇ ਜਾਣਗੇ ਹਾਂਜੀ ਹਾਂਜੀ ਉਹ ਕਿਉਂ ਉਧਰ ਨੂੰ ਅਟਰੈਕਟ ਹੋ ਕੇ ਜਾ ਰਹੇ ਆ ਫਿਰ ਚਾਹੇ ਉਹ ਡੇਰੇ ਬਣ ਗਏ ਹੋਣ ਚਾਹੇ ਉਹ ਇਹ ਸਥਾਨ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਆਪਾਂ ਅਕਸਰ ਮੈਂ ਇਹਦੇ ਬਾਰੇ ਚਰਚਾ ਕਰਦਾ ਵੀ ਰਹਿਣਾ ਹਾਂਜੀ ਹਾਂਜੀ ਦੇਖੋ ਜੀ ਗੁਰਬਾਣੀ ਗੁਰੂ ਦੇ ਵਿੱਚ ਜਿੰਨੀ ਦੇਰ ਤੱਕ ਆਪਾਂ ਉਸ ਗਿਆਨ ਨੂੰ ਨਹੀਂ ਵਿਚਾਰਦੇ ਸਾਡਾ ਮਨ ਜਿਹੜਾ ਹੈ ਉਹ ਆਪਮੋ ਹਾਰਾ ਚੱਲਦਾ ਸੰਸਾਰੀ ਗਿਆਨ ਦੇ ਹਿਸਾਬ ਨਾਲ ਚੱਲਦਾ ਗੁਰਬਾਣੀ ਵਿੱਚ ਗੁਰੂ ਸਾਹਿਬ ਜੋ ਬਚਨ ਕਰਦੇ ਪਏ ਆ ਉਹ ਤਾਂ ਕਹਿੰਦੇ ਆ ਵੀ ਜਿਹੜਾ ਜੀਵ ਇੱਥੇ ਜਨਮ ਲੈ ਕੇ ਸੰਸਾਰ ਦੇ ਵਿੱਚ ਆ ਗਿਆ ਉਹਦੇ ਸੁਆਸਾਂ ਦਾ ਧਨ ਉਹਦੀਆਂ ਸੁੱਖ ਸਹੂਲਤਾਂ ਪਰਿਵਾਰ ਉਹਦੇ ਦੁੱਖ ਸੁੱਖ ਦਾ ਇਲਾਜ ਮੈਂ ਧੁਰੋ ਉਹਦੇ ਨਾਲ ਉਹਦੀ ਕਿਸਮਤ ਦੇ ਵਿੱਚ ਪਾ ਕੇ ਭੇਜਿਆ ਸਭਣਾ ਲਿਖਿਆ ਬੁੜੀ ਕਲਾ ਹਾਂਜੀ ਠੀਕ ਹੈ ਨਾ ਜੀ ਸਾਰਿਆਂ ਦਾ ਰਾਖਾ ਮੈਂ ਹਾਂ ਸਾਡਾ ਕਿਸਮਤ ਮਹਾਰਾਜ ਬਾਣੀ ਦੇ ਵਿੱਚ ਵੀ ਕਹਿੰਦੇ ਆ ਘਰ ਸਾਰੇ ਸਭ ਕੁਝ ਹੈ ਜਿਸ ਦੇਸ ਹੋ ਪਾਏ ਪਰ ਹੁਣ ਮਨ ਨੂੰ ਆਪ ਦਾ ਸਫਰ ਮੈਂ ਕਿੱਥੋਂ ਬਣਿਆ ਆਪਾਂ ਆਏ ਕਿੱਥੋਂ ਆ ਇੱਥੇ ਜਨਮ ਕਿਵੇਂ ਹੋ ਗਿਆ ਗਾਂਹਾਂ ਜਾਣਾ ਕਿੱਥੇ ਆ ਇਹਦਾ ਪਤਾ ਨਾ ਹੁਣ ਕਰਕੇ ਅਗਿਆਨਤਾ ਦੇ ਵਿੱਚ ਜਿਹੜੇ ਇਹ ਡੇਰੇ ਚੱਲਦੇ ਆ ਉਹ ਡੇਰਿਆਂ ਤੇ ਜਾ ਕੇ ਕੋਈ ਕਹਿੰਦਾ ਜੀ ਐਨੇ ਵੀਰਵਾਰ ਸੁੱਖ ਦੋ। ਹੂੰ ਕੋਈ ਕਹਿੰਦਾ ਇੰਨੀਆਂ ਮੱਸਿਆ ਸੁੱਖ ਦੋ। ਚਰਾਗ ਬਾਲ ਦਿਓ। ਚਰਾਗ ਬਾਲ ਦਿਓ। ਕੋਈ ਕਹਿੰਦਾ ਕਿ ਜਿਹੜਾ ਹੈਗਾ ਇੱਥੇ ਜੀ ਤੁਸੀਂ ਜੇ ਤੁਹਾਡੇ ਸਰੀਰ ਦੇ ਉੱਪਰ ਕੋਈ ਮੱਸੇ ਨਿਕਲਿਆ ਆਇਆ ਪਿਤ ਨਿਕਲਿਆ ਆਇਆ ਇੰਨੀਆਂ ਲੂਣ ਦੀਆਂ ਥੈਲੀਆਂ ਤੇ ਨਾਲ ਬੋਕਰ ਚੜਾ ਦਿਓ। ਜਾ ਚੜਾਈ ਜਾਂਦੇ ਲੋਕ। ਹਾਂਜੀ ਜਾ ਚੜਾ ਦਿਓ। ਉਹ ਫਿਰ ਸਾਰਾ ਇਹ ਨੂੰ ਗੁਰਬਾਣੀ ਵਿੱਚ ਕਾਲ ਦਾ ਆਜਾਲ ਅਗਿਆਨਤਾ ਮਨਮੁਖੀ ਪੂਜਾ ਵਿਪਰਨ ਦੀ ਪੂਜਾ ਜਿਹੜੀ ਆ ਉਹ ਕਿਹਾ ਗਿਆ ਹੈ ਇਹ ਸਾਰਾ ਕੁਝ ਹੈ ਸਭ ਪਰ ਲੋਕਾਂ ਦਾ ਕੀ ਥੋਟ ਹੈ ਉੱਥੇ ਪੂਰੀਆਂ ਹੁੰਦੀਆਂ ਚੀਜ਼ਾਂ ਜਾਂਦੀ ਨਹੀਂ ਉੱਥੇ ਇੱਕ ਆਪਾਂ ਕਹਿ ਸਕਦੇ ਆ ਇੱਕ ਲਾਅ ਆਫ એનર્ਜੀ ਲਾਅ ਆਫ એનર્ਜੀ ਕੰਮ ਕਰਦੀ ਆ ਵੀ ਜਿਵੇਂ ਆਪਾਂ ਇੱਕ ਜੀਵ ਦੀ ਸਲਾਹ ਆ ਆਪਾਂ ਹੁਣ ਗੱਲ ਮੇਰੇ ਮਨ ਦੇ ਵਿੱਚ ਕੋਈ ਵਿਚਾਰ ਆਇਆ ਵੀ ਆਪਾਂ ਨੂੰ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਆ ਕੰਮ ਕਰਨਾ ਚਾਹੀਦਾ ਵੀ ਮੰਨ ਲਓ ਕੋ ਰੈਸਟੋਰੈਂਟ ਖੋਲਣਾ ਚਾਹੀਦਾ ਪਰ ਉਹ ਇਕੱਲੇ ਦਾ ਵਿਚਾਰ ਕੰਮ ਨਹੀਂ ਕਰਦਾ ਮੈਂ ਪੰਜਾਂ ਵਿੱਚ ਉਹ ਗੱਲ ਕੀਤੀ ਦਸਾਂ ਵਿੱਚ ਉਹ ਗੱਲ ਕੀਤੀ 15 ਵਿੱਚ ਉਹ ਗੱਲ ਕੀਤੀ ਸਾਡੇ ਇੱਕ ਥਾਟ ਦੀ એનર્ਜੀ ਬਣ ਗਈ ਤਾਂ ਉਹਨੂੰ ਆਪਾਂ ਪ੍ਰੋਸੈਸ ਕਰ ਲਵਾਂਗੇ ਹੁਣ ਜਿੱਥੇ ਉਹ ਸਥਾਨ ਤੇ ਜਾਂਦੇ ਆ ਉਹ ਇੱਕ ਬਾਬਾ ਬੈਠਾ ਉਹਨੇ ਭਰਮ ਫਲਾਇਆ ਵੀ ਇੱਥੇ ਆਉਣ ਤੇ ਆ ਮਰਜ਼ਾ ਪੂਰੀਆਂ ਹੋਈਆਂ ਹੋਈ ਜੇ ਹੁੰਦੇ ਆ ਇਸ ਤਰ੍ਹਾਂ ਲੱਗਦਾ ਜੀ ਹੁਣ ਜਦੋਂ ਉਹਦੇ ਵਿੱਚ ਇੱਕ ਗਿਆ 10 ਗਏ 20 ਗਏ 30 ਗਏ 40 50 100 ਫਿਰ ਹਜ਼ਾਰਾਂ ਵਿੱਚ ਚਲੇ ਗਏ ਉਹ ਇੱਕ ਜਾਣ ਦੇ ਨਾਲ ਇੱਕ ਉੱਥੇ એનર્ਜੀ ਕ੍ਰੀਏਟ ਹੁੰਦੀ ਹੈ ਉਹ ਜਿਹੜਾ ਲਾਅ ਆਫ એનર્ਜੀ ਆ ਜਦੋਂ ਆਪਾਂ ਕਿਸੇ ਵੀ ਗੱਲ ਨੂੰ ਵਾਰ-ਵਾਰ ਵਾਰ-ਵਾਰ ਕਹੀ ਜਾਂਦੇ ਆ ਉਹ ਗੱਲ ਇੱਕ ਤਾਕਤ ਬਣ ਕੇ ਸਾਡੇ ਉੱਪਰ ਅਪਲਾਈ ਹੋ ਜਾਂਦੀ ਆ ਬਾਰੀ ਜਿਹੜੀ ਕਹਿੰਦੀ ਹੈ ਜੇ ਤੁਸੀਂ ਨਿੰਦਿਆ ਕਰਦੇ ਹੋ ਤਾਂ ਨਿੰਦਿਆ ਦਾ ਫਲ ਮਿਲਦਾ ਜੇ ਤੁਸੀਂ ਪੁੰਨਦਾਨ ਕਰਦੇ ਹੋ ਉਹ ਕਿਵੇਂ ਮਿਲਦਾ ਵਾਰ-ਵਾਰ ਪੁੰਨ ਕਰੀ ਜਾਓ ਪੁੰਨ ਰਿਪੀਟ ਹੋ ਜਾਊਗਾ ਵਾਰ-ਵਾਰ ਨਾਮ ਜਪੀ ਜਾਓ ਨਾਮ ਰਿਪੀਟ ਹੋ ਜਾਊਗਾ ਵਾਰ-ਵਾਰ ਨਿੰਦਿਆ ਕਰੀ ਜਾਓ ਵਾਰ-ਵਾਰ ਮਾੜੇ ਕਰਮ ਕਰੀ ਜਾਓ ਰਿਪੀਟ ਹੋਈ ਜਾਊਗਾ ਇਸੇ ਤਰ੍ਹਾਂ ਜਦੋਂ ਇੱਕ ਭਾਵਨਾ ਲੈ ਕੇ ਤੁਸੀਂ ਜਾਂਦੇ ਆਂ ਕਿ ਇੱਥੇ ਇੱਕ ਪੱਥਰ ਆ ਜੀ ਇੱਥੇ ਇੱਕ ਚਰਾਗ ਬਾਲਿਆ ਆ ਹੋ ਜਾਂਦਾ ਕਬਰਾਂ ਤੇ ਗਏ ਜਾਂ ਮੜੀਆਂ ਦੀਆਂ ਨਸਾਨੀਆਂ ਤੇ ਗਏ ਤੁਸੀਂ ਕਹਿ ਰਹੇ ਹੋ ਕਿ ਜਦੋਂ ਵੱਡੀ ਗਿਣਤੀ ਚ ਲੋਕ ਜਾਂਦੇ ਆਂ ਤਾਂ ਉੱਥੇ એનર્ਜੀ ਇਕੱਠੀ ਹੋ ਜਾਂਦੀ ਹੈ એનર્ਜੀ ਇਕੱਠੀ ਹੋਣ ਨਾਲ ਥੋੜੀ ਸਪਿਰਚੁਅਲ ਪਾਵਰ ਹੀ ਤੁਹਾਡੇ ਤੇ ਕੰਮ ਕਰ ਰਹੀ ਆ ਉਹ ਉਹ ਸਥਾਨ ਸਤੂਨ ਕੋਈ ਕੰਮ ਨਹੀਂ ਕਰ ਰਿਹਾ ਜਦੋਂ ਤੁਸੀਂ ਵਾਰ-ਵਾਰ ਭਾਵਨਾ ਲੈ ਕੇ ਮੰਨ ਲਓ ਤੁਸੀਂ 10 ਵੀਰਵਾਰ ਜਾਣਾ 10 ਸ਼ਨੀਵਾਰ ਥੋੜੇ ਮਨ ਵਿੱਚ ਕਾਸ ਆ ਵੀ ਮੈਂ ਇਸ ਬਾਬਾ ਜੀ ਦੇ ਕੋਲ ਜਾਂ ਫਲਾਣੇ ਸਥਾਨ ਤੇ ਜਾਊਗਾ ਮੇਰਾ ਵੀਜ਼ਾ ਲੱਗ ਜਾਊਗਾ ਥੋਡੀ ਉਹ એનર્ਜੀ ਥੋਡੇ ਦੇ ਉੱਪਰ ਅਪਲਾਈ ਹੋ ਰਹੀ ਆ ਪਰ ਇਹ ਗੱਲ ਤਾਂ ਫਿਰ ਸਾਡੇ ਧਰਮ ਤੇ ਵੀ ਅਪਲਾਈ ਹੁੰਦੀ ਅਸੀਂ ਵੀ ਮੰਨਦੇ ਆ ਕਿ ਅਸੀਂ ਦਰਬਾਰ ਸਾਹਿਬ ਜਾਂਦੇ ਆ ਸਾਡੀਆਂ ਪੂਰਾ ਜਿਹੜੀਆਂ ਸੁੱਖਾਂ ਪੂਰੀਆਂ ਹੁੰਦੀਆਂ ਅਸੀਂ ਬਾਬਾ ਬੁੱਢਾ ਜੀ ਜਾਂਦੇ ਆ ਸਾਨੂੰ ਔਲਾਦ ਦੀ ਦਾਤ ਪ੍ਰਾਪਤ ਹੁੰਦੀ ਹੈ ਹੁਣ ਉੱਥੇ ਦੇਖੋ ਨਾ ਉੱਥੇ ਗੁਰਬਾਣੀ ਗੁਰੂ ਦਾ ਕੀਰਤਨ ਚੱਲਦਾ ਪਿਆ ਗੁਰਬਾਣੀ ਗੁਰੂ ਦਾ ਕੀਰਤਨ ਚੱਲ ਰਿਹਾ ਉੱਥੇ ਹਰ ਟਾਈਮ ਜਪ ਤਪ ਹੋ ਰਿਹਾ ਉਹ ਪਾਵਰ ਇੱਕ ਉੱਥੇ ਆਲਰੇਡੀ ਉੱਥੇ ਇੱਕ ਬਰਾਜ ਮਾਣਾ ਤੁਸੀਂ ਉੱਥੇ ਜਾਣੇ ਹੋ ਉਸ ਪਾਵਰ ਦੇ ਨਾਲ ਕਨੈਕਟ ਹੋਣੇ ਹੋ ਤੇ ਜੋ ਵੀ ਤੁਸੀਂ ਮੁਰਾਦ ਮੰਗੋਗੇ ਉਹਦੇ ਵਿੱਚ ਮਿਲ ਜਾਂਦਾ ਇਸ ਤਰ੍ਹਾਂ એનર્ਜੀ ਕਨੈਕਟ ਹੋ ਜਾਂਦੀ ਹੈ એનર્ਜੀ ਤੁਹਾਡੀ ਇੱਕ ਮਨ ਦੀ ਭਾਵਨਾ ਦੇ ਨਾਲ એનਰਜੀ ਇੱਕ ਗੁਰਬਾਣੀ 'ਚ ਹਵਾਲਾ ਹੈ ਇਸ ਗੱਲ ਦਾ ਬਿਲਕੁਲ ਬਿਲਕੁਲ ਜੋ ਆਪਾਂ ਦਾਤ ਮੰਗਣੀ ਆ ਉਹ ਆਪਾਂ ਨੂੰ ਮਿਲੀ ਜਾਣੀ ਆ ਪਰ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਇਹ ਕਹਾਣੀ ਦੱਸ ਕੇ ਆਪਾਂ ਨੂੰ ਕਹਿੰਦੇ ਆ ਕਿ ਸਿਰਫ ਦੁਨਿਆਵੀ ਦਾਤਾਂ ਤੱਕ ਜੇ ਤੁਸੀਂ ਆਪ ਦਾ ਰਿਸ਼ਤਾ ਰੱਖਦੇ ਹੋ ਗੁਰਦੁਆਰੇ ਨਾਲ ਗੁਰੂ ਨਾਲ ਤਾਂ ਉਹ ਤੁਹਾਨੂੰ ਮਿਲ ਵੀ ਜਾਣੀ ਆ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਾਹੇ ਸਾਰੀ ਉਮਰ ਤੁਸੀਂ ਉਹ ਦਾਤਾਂ ਲਈ ਜਾਓ ਪਰ ਜੇ ਤੁਸੀਂ ਕਿੱਲਾ ਦੁਨਿਆਵੀ ਦਾਤਾਂ ਤਾਂ ਕਿ ਗੁਰੂ ਘਰ ਜਾਣੇ ਹੋ ਗੁਰਬਾਣੀ ਵਿੱਚ ਜਾਣੇ ਹੋ ਫਿਰ ਮਹਾਰਾਜ ਜੀ ਕਹਿੰਦੇ ਤੁਹਾਡਾ ਜੀਵਨ ਜਿਹੜਾ ਆ ਉਹ ਪ੍ਰਮਾਣ ਨਹੀਂ ਹੋਣਾ ਫਿਰ ਇਹ ਜੀਵਨ ਦਿੱਤਾ ਕਿਉਂ ਆ ਸਾਨੂੰ ਜੀਵਨ ਜਿਹੜਾ ਦਿੱਤਾ ਆ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਦੀ ਮਰਜ਼ੀ ਦੇ ਨਾਲ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਘਵਿਜ ਵਾਸ ਬਣਾ ਕੇ ਦਿੱਤਾ ਪਰ ਮਹਾਰਾਜ ਸੱਚੇ ਪਾਤਸ਼ਾਹ ਨਾਲ ਸਾਨੂੰ ਗੁਰੂ ਦੇ ਰਾਹੀਂ ਇਹ ਬਚਨ ਦੱਸਦੇ ਆ ਵੀ ਹੁਕਮ ਦੇ ਵਿੱਚ ਚੱਲਣਾ ਕਿਉਂਕਿ ਅੱਜ ਕਿਉਂਕਿ ਅੱਜ ਤੱਕ ਅਸੀਂ ਇੰਨੀਆਂ ਜੂਨਾ ਗੁਰਬਾਣੀ ਕਹਿੰਦੀ ਆ ਭੋਗ ਚੁੱਕੇ ਹਾਂ ਭੋਗਿਆ ਕਿਉਂ ਆ ਸਿਰਫ ਪਦਾਰਥ ਦੇ ਨਾਲ ਤੁਸੀਂ ਸਬੰਧ ਰੱਖਦੇ ਹੋ ਹੂੰ ਤੇ ਮਹਾਰਾਜ ਕਹਿੰਦੇ ਸਿਰਫ ਪਦਾਰਥ ਦੇ ਲਈ ਜੀਵਨ ਨਹੀਂ ਦਿੱਤਾ ਗੁਰਬਾਣੀ ਇਹ ਸਮਝਾਉਂਦੀ ਆ ਗੁਰੂ ਨਾਨਕ ਦੇਵ ਨੂੰ ਕਿਉਂ ਹੋਣਾ ਪਿਆ ਸਮਝਾਉਣ ਲਈ ਉਹ ਕਹਿੰਦੇ ਆ ਕਿ ਪਦਾਰਥ ਦੇ ਲਈ ਜੀਵਨ ਨਹੀਂ ਹੈਗਾ ਪਦਾਰਥ ਦੇ ਨਾਲ ਜੋ ਤੁਹਾਡਾ ਇਹ ਲਾਈਫ ਜਰਨੀ ਚੱਲਦੀ ਪਈ ਆ ਗੁਰਬਾਣੀ ਵਿੱਚ ਚਾਰ ਯੁਗ ਦਾ ਖੇਡ ਸਮਝਾਇਆ ਵੀ ਸਤਜੋਗ ਤ੍ਰੇਤਾ ਦੁਆਪਰ ਹੁਣ ਚੌਥਾ ਕਲਯੁਗ ਚੜ ਗਿਆ ਤੁਸੀਂ ਲਗਾਤਾਰ ਜਨਮ ਮਰਨ ਚਾ ਰਹੇ ਹੋ ਵੀ ਇਹਨੂੰ ਪ੍ਰਵਾਨ ਕਰੋ 84 ਲੱਖ ਜੂਨ ਵਿੱਚ ਇਨਸਾਨ ਤੋਂ ਇਲਾਵਾ ਕੋਈ ਹੋਰ ਐਸੀ ਜੂਨ ਨਹੀਂ ਵੀ ਜਿਹੜੀ ਆਪ ਦਾ ਕਨੈਕਟ ਸਿੱਧਾ ਪਰਮੇਸ਼ਰ ਦੇ ਨਾਲ ਕਰ ਲਵੇ ਨਾ ਜਾਨਵਰਾਂ ਚ ਨਾ ਪੰਛੀਆਂ ਕਿਸੇ ਚ ਨਹੀਂ ਨਹੀਂ ਮਹਾਰਾਜ ਨੇ ਕਿਹਾ ਲੱਖ 84 ਜੂਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ ਵਡਿਆਈ ਤੁਹਾਨੂੰ ਆ ਮਹਾਰਾਜ ਕਹਿੰਦੇ ਪਦਾਰਥ ਦਾ ਭੋਗ ਭੋਗਦੇ ਆ ਜੋ ਤੁਹਾਡੀ ਕਾਇਆ ਦੇ ਅੰਦਰ ਉਹ ਦਸਵਾਂ ਘਾਰ ਆ ਉਹ ਆਤਮਰਾਮ ਆ ਜੋ ਨਾਮ ਤੁਹਾਡੀ ਕਾਇਆ ਦੇ ਅੰਦਰ ਆ ਉਹਦਾ ਤੁਸੀਂ ਜਿਹੜਾ ਹੈਗਾ ਉਹਦੀ ਪ੍ਰਾਪਤੀ ਕਰੋ ਦਸਵਾਂ ਘਰ ਕਿਹਾ ਤੁਸੀਂ ਇਹ ਕੀ ਹੈ ਦਸਵਾਂ ਘਰ ਗੁਰਬਾਣੀ ਵਿੱਚ ਆਪਾਂ ਨੂੰ ਕਿਹਾ ਕਿ ਜਿਹੜਾ ਇਹ ਸਰੀਰ ਆ ਇਹ 10 ਦਰਵਾਜਿਆਂ ਦਾ ਬਣਿਆ ਹੋਇਆ ਅੱਛਾ ਹਾਂਜੀ ਜਿਹੜਾ ਸਰੀਰ ਦਾ ਨਕਸ਼ਾ ਆ ਨਾ ਉਹ 10 ਦਰਵਾਜਿਆਂ ਦਾ ਬਣਿਆ ਜਿਵੇਂ ਦੋ ਅੱਖਾਂ ਆ ਦੋ ਨਾਸਕਾ ਮੂੰਖਾ ਦੋ ਕੰਨ ਦੋ ਮਲਮੂਤ ਇੰਦਰੀਆ ਦਸਵਾਂ ਕਹਿੰਦੇ ਆ ਜਿਹੜਾ ਉਹ ਗੁਪਤ ਆ ਜਿਹਦੇ ਵਿੱਚ ਆਤਮਾ ਦਾ ਵਾਸਾ ਹੁੰਦਾ ਉਹ ਸਰਾਫ ਤੇ ਦਸਵਾਂ ਕਹਿੰਦਾ ਗੁਪਤ ਇਤੋਂ ਸਾਰਾ ਇਹ ਹੁਕਮ ਚੱਲਦਾ ਤੇ ਸਾਡਾ ਸਰੀਰ ਜਿੰਨੇ ਜਿਥੋਂ ਰੂਹ ਇਹ ਨਿਕਲਦੀ ਜਾਂ ਅੰਦਰ ਗਈ ਸਾਡੀ ਕਿਸਮਤ ਚੱਲਦੀ ਆ ਕੋਈ ਕੰਮ ਸਾਡਾ ਬਣਦਾ ਕੋਈ ਸਾਡਾ ਕੰਮ ਨਹੀਂ ਬਣਦਾ ਉਹ ਦਸਮਾ ਕਰਾ ਜਿਹਦੇ ਵਿੱਚ ਆਤਮਾ ਦਾ ਵਾਸਾ ਆ ਉਹ ਮਸਤਕ ਤੇ ਆ ਮਸਤਕ ਤੇ ਉੱਪਰ ਤੇ ਮਾਰਾ ਇਹ ਕਹਿੰਦੇ ਉਸ ਘਰ ਦੀ ਤੈਨੂੰ ਸੋਝੀ ਨਹੀਂ ਹੈਗੀ ਤੂੰ ਸਿਰਫ ਉਹ ਉਹਨੂੰ ਕਿਵੇਂ ਦੇਖਾਂਗੇ ਜਿਵੇਂ ਇਹ ਤਾਂ ਆਪਾਂ ਨੂੰ ਦਿਖਦੇ ਆ ਫਿਜ਼ੀਕਲੀ ਹਾਂਜੀ ਹਾਂਜੀ ਉਹ ਕਿਵੇਂ ਦੇਖਿਆ ਜਾ ਸਕਦਾ ਉਹ ਧਿਆਨ ਦੁਆਰਾ ਸਿਰਫ ਜਿਹੜਾ ਸਾਡਾ ਮਨ ਧਿਆਨ ਮਤਲਬ ਕਿ ਜਿਵੇਂ ਹੁਣ ਮੈਂ ਤੁਹਾਨੂੰ ਕਹਿੰਨਾ ਜੀ ਤੁਸੀਂ ਆਪ ਜੀ ਦੇ ਮਾਤਾ ਜੀ ਨੂੰ ਯਾਦ ਕਰੋ ਤੁਸੀਂ ਪਿਤਾ ਜੀ ਨੂੰ ਯਾਦ ਕਰੋ ਦੇਖੋ ਤੁਹਾਡੇ ਆ ਗਈ ਨਾ ਮਾਤਾ ਦੀ ਫੋਟੋ ਆ ਗਈ ਪਿਤਾ ਦੀ ਬਿਲਕੁਲ ਇਨਫਰੈਕਸ਼ਨ ਆਫ ਸੈਕਿੰਡ ਆ ਗਈ ਕਿਉਂਕਿ ਤੁਹਾਡਾ ਧਿਆਨ ਗਿਆ ਬਿਲਕੁਲ ਉਹ ਧਿਆਨ ਦੁਆਰਾ ਤੁਸੀਂ ਦੇਖਿਆ ਪਰ ਸਰੀਰ ਦੁਆਰਾ ਤੁਸੀਂ ਮੈਨੂੰ ਦੇਖ ਰਹੇ ਹੋ ਨੌ ਦਰਵਾਜਿਆਂ ਰਾਹੀਂ ਮੈਨੂੰ ਦੇਖ ਰਹੇ ਹੋ ਧਿਆਨ ਦੁਆਰਾ ਧੋਖੇ ਚਲੇ ਗਿਆ ਹੁਣ ਮਹਾਰਾਜ ਜੀ ਕਹਿੰਦੇ ਜਿਹੜੇ ਅੰਦਰ ਸਾਡੇ ਪਹਿਲਾਂ ਥੌਟਸ ਚੱਲਦੇ ਆ ਜਿਵੇਂ ਅੰਦਰ ਕਾਫੀ ਸਾਡੇ ਵਿਚਾਰ ਆਉਂਦੇ ਰਹਿੰਦੇ ਆਪ ਅੱਗੇ ਵੀ ਗੱਲ ਕਰਦੇ ਸੀਗੇ 네ਗੇਟਿਵ ਪਾ ਬਿਲਕੁਲ ਡੀਪ ਜਿਹੜੀ ਆਪਾਂ ਕਹਿੰਦੇ ਆ ਸਹਜ ਵਿੱਚ ਲੈ ਜਾਓ ਸੁੰਨ ਵਿੱਚ ਲੈ ਜਾਓ ਉਸ ਤੋਂ ਬਾਅਦ ਜਦੋਂ ਉੱਥੇ ਟਿਕਾਉ ਬਣਾ ਕੇ ਬੈਠੋਗੇ ਵਿਚਾਰਾ ਤੁਰੈ ਤੋ ਹੋ ਕੇ ਉਸ ਤੋਂ ਬਾਅਦ ਫਿਰ ਅੱਗੇ ਦਸਵੀਂ ਕਰਦੀ ਯਾਤਰਾ ਸ਼ੁਰੂ ਹੁੰਦੀ ਧਿਆਨ ਦੁਆਰਾ ਉਹ ਉਹਦੀ ਵਿਧੀ ਕੀ ਹੈ ਫਿਰ ਉਹਦਾ ਤਰੀਕਾ ਕੀ ਹੈ ਉਹਦਾ ਵਿਧੀ ਸਭ ਤੋਂ ਪਹਿਲਾਂ ਗੁਰਮੰਤਰ ਦਾ ਅਭਿਆਸ ਆ ਵਾਹੇ ਗੁਰੂ ਸ਼ਬਦ ਦਾ ਅਭਿਆਸ ਆ ਵਾਹੇ ਗੁਰੂ ਸ਼ਬਦ ਦਾ ਵਾਹੇ ਗੁਰੂ ਸ਼ਬਦ ਨੂੰ ਤਰੀਕੇ ਦੇ ਨਾਲ ਜੁਗਤੀ ਨਾਲ ਇਹ ਨਹੀਂ ਕਿ ਵੀ ਆਪਾਂ ਸਿੱਧਾ ਹੀ ਕਰੀ ਜਾਈਏ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜਾਂ 10 ਮਾਲਾ ਫੇਰ ਲੀਆਂ 100 ਮਾਲਾ ਫੇਰ ਲੀਆਂ ਜਾ ਇਸ ਤਰ੍ਹਾਂ ਨਹੀਂ ਤਰੀਕੇ ਨਾਲ ਉਹਨੂੰ ਸਵਾਸਗ੍ਰਾਸ ਸਿਮਰਨ ਕਹਿੰਦੇ ਆ ਔਰ ਸਵਾਸਗ੍ਰਾਸ ਤੋਂ ਭਾਵ ਆ ਵੀ ਇੱਕ ਸਾਹ ਅੰਦਰ ਜਾਂਦਾ ਇੱਕ ਬਾਹਰ ਆਉਂਦਾ ਇਸੇ ਤਰ੍ਹਾਂ ਹੀ ਆਪਾਂ ਮੁੱਖੋਂ ਗੁਰਮੰਤਰ ਬੋਲਣਾ ਅੱਖਾਂ ਬੰਦ ਰੱਖਣੀਆਂ ਆ ਆਵਦੀ ਆਵਾਜ਼ ਵਿੱਚ ਧਿਆਨ ਤਰ ਕੇ ਜਦੋਂ ਆਪਾਂ ਫਿਰ ਸਿਮਰਨ ਕਰਦੇ ਆ ਫਿਰ ਅੱਗੇ ਖੇੜੇ ਪ੍ਰੈਕਟਿਸ ਦੀ ਲੋੜ ਹੈ ਦੀ ਬਹੁਤ ਜ਼ਿਆਦਾ ਹਾਂਜੀ ਹਾਂਜੀ ਇਹ ਪ੍ਰੈਕਟਿਸ ਲਈ ਗੁਰੂ ਘਰ ਬਣਾਏ ਸੀ ਅੱਜ ਬੇਸ਼ੱਕ ਗੁਰੂ ਘਰਾਂ ਦੇ ਵਿੱਚ ਸਿਮਰਨ ਨਹੀਂ ਹੁੰਦਾ ਗੁਰੂ ਘਰ ਕਿਉਂ ਬਣਾਇਆ ਗਿਆ ਕਿਉਂਕਿ ਜਿਵੇਂ ਹੁਣ ਸੰਸਾਰੀ ਵਿੱਦਿਆ ਲੈਣੀ ਆ ਉਦਲੀ ਸੰਸਾਰੀ ਵਿਦਿਆਲਿਆ ਸੰਸਾਰੀ ਯੂਨੀਵਰਸਿਟੀਆਂ ਜਿਹੜੀ ਬ੍ਰਹਮ ਦੀ ਵਿੱਦਿਆ ਲੈਣੀ ਆ ਤੁਹਾਡੇ ਵਿਚਾਰ ਵਧਦੇ ਆ ਤੁਹਾਡਾ ਇੱਕ ਦੂਜੇ ਨਾਲ ਝਗੜਾ ਹੋ ਜਾਂਦਾ ਤੁਹਾਨੂੰ ਜਿਹੜੀ ਆਪਾਂ ਗੱਲ ਕਹਿੰਨੇ ਆ ਵੀ ਲੋਕ ਤਾਂ ਜਾਈ ਜਾਂਦੇ ਆ ਕਬਰਾਂ ਤੇ ਪੀਰਾਂ ਤੇ ਹੋਰ ਜਾ ਕੇ ਉੱਥੇ ਚਿਰਾਗ ਬਾਲ ਰਹੇ ਆ ਹੂੰ ਤੇ ਗੁਰੂ ਘਰ ਇਸੇ ਕਰਕੇ ਬਣਾਏ ਸੀ ਕਿ ਜਦੋਂ ਸੰਸਾਰ ਦੇ ਵਿੱਚ ਵਿਚਾਰਾਂ ਦਾ ਵਹਾਵ ਵਧਦਾ ਜੀਵ ਆਪ ਤੋਂ ਟੁੱਟਦਾ ਗੁਰੂ ਤੋਂ ਟੁੱਟਦਾ ਇਹ ਇੱਕ ਬ੍ਰਹਮ ਵਿਦਾਲਿਆ ਆ ਹੂੰ ਵੀ ਉੱਥੇ ਬੈਠ ਕੇ ਸ਼ਬਦ ਗੁਰਬਾਣੀ ਗੁਰੂ ਦਾ ਗਿਆਨ ਅੰਦਰ ਦਾ ਗਿਆਨ ਵੀ ਤੂੰ ਡੋਲਣਾ ਹੁਣ ਮਹਾਰਾਜ ਤਾਂ ਕਹਿੰਦੇ ਆ ਦੁਬਦਾ ਨਾ ਪੜੋ ਹਰਬਿਣ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ ਵੀ ਦੁਬਦਾ ਦੇ ਵਿੱਚ ਪਾ ਕੇ ਮੜੀਆਂ ਮਸਾਣੀਆਂ ਤੇ ਨਹੀਂ ਜਾਣਾ ਤ੍ਰਿਸ਼ਨਾ ਰਾਚਨਾ ਪਰ ਕਰ ਜਾਵਾ ਵੀ ਤੇਰੇ ਮਨ ਚ ਤ੍ਰਿਸ਼ਨਾ ਹੋਈ ਪਈ ਮੈਨੂੰ ਆਹ ਮਿਲ ਜੇ ਮਿਲ ਜੇ ਮਿਲ ਜੇ ਫਿਰ ਗੁਰੂ ਦਾ ਘਰ ਨਹੀਂ ਛੱਡਣਾ ਤ੍ਰਿਸ਼ਨਾ ਰਾਚਨਾ ਪਰ ਕਰ ਜਾਵਾ ਤ੍ਰਿਸ਼ਨਾ ਨਾਮ 부ਝਾਈ ਹੁਣ ਗੁਰੂ ਘਰ ਦੇ ਵਿੱਚ ਇਹ ਬੈਠ ਕੇ ਪ੍ਰੈਕਟਿਸ ਕਰਾਉਣੀ ਸੀ ਨਾਮ ਜਪ ਕਰਾਉਣਾ ਸੀ ਹੋ ਵੀ ਰਿਹਾ ਪਰ ਬਹੁਤੀ ਜਗ੍ਹਾ ਤੇ ਨਹੀਂ ਵੀ ਹੋਉਂਦਾ ਜਿਹੜੇ ਨਾਮਦਾਨ ਦਿੰਦੇ ਆ ਫਿਰ ਡੇਰੇ ਉਹ ਕੰਨ ਚ ਵੀ ਦੱਸਦੇ ਆ ਵੀ ਆਹ ਇੰਨੇ ਸ਼ਬਦ ਨੇ ਆ ਨਾਮ ਹੈ ਹਾਂਜੀ ਹਾਂਜੀ ਫਿਰ ਇਹਦਾ ਸਿਮਰਨ ਕਰੋ ਹਾਂਜੀ ਹਾਂਜੀ ਉਹ ਆਪਦੀ ਥਾਂ ਤੇ ਠੀਕ ਨੇ ਨਹੀਂ ਨਹੀਂ ਦੇਖੋ ਜੇਕਰ ਆਪਾਂ ਆਧਾਰ ਬਣਾ ਕੇ ਚੱਲਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਂ ਕਿਉਂਕਿ ਆਪਣੇ ਗੁਰੂ ਉਹ ਨੇ ਉਹਨਾਂ ਨੂੰ ਆਪਾਂ ਪੁੱਛਦੇ ਹਾਂ ਜੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਜਿਹੜਾ ਨਾਮ ਪ੍ਰਗਟ ਹੁੰਦਾ ਨਾ ਉਹ ਦਸ਼ਮ ਘਰ ਦੇ ਵਿੱਚ ਹੁੰਦਾ ਅਨਹਦ ਰੂਪ ਦੇ ਵਿੱਚ ਹੁੰਦਾ ਤੇ ਉਹ ਤੁਹਾਨੂੰ ਸਤਗੁਰ ਦਿੰਦਾ ਸਤਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਪਾਗੀ ਹੈ ਉਹ ਸਤਗੁਰ ਕੌਣ ਤਾਂ ਮਹਾਰਾਜ ਨੇ ਆਤਮਾ ਨੂੰ ਪ੍ਰਕਾਸ਼ ਨੂੰ ਸਤਗੁਰ ਗਿਆ। ਤੁਸੀਂ ਕਹਿ ਰਹੇ ਹੋ ਕਿ ਕਨੈਕਟ ਕਰਨਾ ਪਊਗਾ ਪਹਿਲਾਂ। ਹਾਂ ਉਹ ਉਹ ਮਤਲਬ ਜਿਵੇਂ ਮੈਂ ਮੋਬਾਈਲ ਚਾਰਜ ਕਰਨਾ ਹੈ ਤਾਂ ਮੈਨੂੰ ਉਹ ਬੱਤੀ ਲਾਉਣੀ ਪਊਗੀ, ਉਹ ਪਲੱਗ ਲਾਉਣਾ ਪਊਗਾ, ਫਿਰ ਆਨ ਕਰਨਾ ਪਊਗਾ। ਫਿਰ ਉਹਦੇ ਵਿੱਚ ਬੱਤੀ ਆਊਗੀ। ਅੰਦਰੋਂ ਨਾਮ ਪ੍ਰਗਟ ਹੋ ਜਾਣਾ। ਹੁਣ ਇਹ ਅੰਦਰੋਂ ਪ੍ਰਗਟ ਹੋਣਾ ਨਾ ਅੰਦਰ ਹੋਣਾ ਅਨਹਦ ਰੂਪ ਚ ਹੋਣਾ ਬਾਹਰੋਂ ਨਹੀਂ ਹੋਣਾ ਨਹੀਂ ਨਹੀਂ ਬਾਹਰੋਂ ਦਾਪਾ ਗੁਰਮੰਤਰ ਵਾਹਿਗੁਰੂ ਜਪ ਲਿਆ ਹਾਂ ਇਹ ਨਾਮ ਨਹੀਂ ਹੈ ਨਹੀਂ ਨਹੀਂ ਗੁਰਮੰਤਰ ਜਿਹੜਾ ਹੈ ਵਾਹਿਗੁਰੂ ਜਪਦੇ ਆ ਇਹ ਨਾਮ ਜਾਨ ਨਹੀਂ ਹੈ ਅਖਰੀ ਨਾਮ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾ ਇਹ ਅਖਰੀ ਨਾਮ ਹੈ ਠੀਕ ਹੈ ਪਰ ਜਿਸ ਨਾਮ ਚ ਸਾਡੀ ਮੁਕਤੀ ਹੈ ਜਿਹੜਾ ਤੁਸੀਂ ਗੱਲ ਕੀਤੀ ਸੀ ਕਿ ਮਾਨਸ ਜਾਮਾ ਕਿਉਂ ਮਿਲਿਆ ਹਾਂ ਆਪਾਂ ਕਹਿੰਦੇ ਆ ਨਾ ਵੀ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਬਿਸ RAM ਉਹ ਦੇਹੀ ਵਿੱਚ ਜਿਹੜਾ ਨਾਮ ਆ ਸਾਡੇ ਅੰਦਰ ਹੀ ਪਿਆ ਉਹ ਉਹ ਵੱਜ ਰਿਹਾ 사ਉਂਡ ਰੂਪ ਦੇ ਵਿੱਚ ਜਿਵੇਂ ਘੁੰਗਰੂ ਆ ਆ ਸਾਉਂਡ ਦੇ ਰੂਪ ਚ ਜਿਵੇਂ ਘੁੰਗਰੂ ਵੱਜਦੇ ਆ ਤਬਲੇ ਵੱਜਦੇ ਆ ਅਨਹਦਨਾਦ ਵਾਜੀ ਹਾਂ ਆਪਾਂ ਕਹਿੰਦੇ ਆ ਨਾ ਪੁਗਤ ਗਿਆਨ ਦਇਆ ਭੰਡਾਰਨ ਘਟ ਘਟ ਵੱਜਦਾ ਹੈ ਨਾਦ ਹਾਂ ਉਹ ਨਾਦ ਵੀ ਪ੍ਰਾਪਤੀ ਨਾਮ ਆ ਸਹੀ ਹੁਣ ਇਹ ਜਿਹੜੇ ਉਸ ਲੈਵਲ ਤੱਕ ਕਿਵੇਂ ਪਹੁੰਚਦਾ ਹੈ ਬੰਦਾ ਉਹ ਅਚੀਵ ਕਿਵੇਂ ਹੁੰਦਾ ਹੈ ਮਤਲਬ ਧਿਆਨ ਤੇ ਬੈਠੇ ਹੋ ਤਾਂ ਤੁਹਾਨੂੰ ਉਹ ਸੁਣ ਰਿਹਾ ਫਿਰ ਉਹ ਹਾਂਜੀ ਜਦੋਂ ਤੁਸੀਂ ਸਿਮਰਨ ਦੀ ਪ੍ਰੈਕਟਿਸ ਕਰੋਗੇ ਵਿਚਾਰਾਂ ਤੋਂ ਉੱਪਰ ਉੱਠੋਗੇ ਉਹ ਆਵਾਜ਼ ਸੁਣੋਗੇ ਸਾਡੇ ਨਾਲ ਤਾਂ ਇਹ ਹੁੰਦਾ ਕਿ ਮੈਂ ਮੰਨ ਲਓ ਤੁਹਾਡੇ ਨਾਲ ਗੱਲ ਕਰ ਰਿਹਾ ਹੁਣ ਹਾਂਜੀ ਹਾਂਜੀ ਅੱਖਾਂ ਤੁਹਾਨੂੰ ਚਿਹਰਾ ਤੁਹਾਡਾ ਦਿਸ ਰਿਹਾ ਹੈ ਗੱਲ ਵੀ ਕਰ ਰਿਹਾ ਹਾਂ ਪਰ ਕਈ ਵਾਰੀ ਥਾਟ ਤਾਂ ਮੇਰਾ ਕੁਝ ਹੋਰ ਚੱਲ ਰਿਹਾ ਹੁੰਦਾ ਹਾਂਜੀ ਹਾਂਜੀ ਧਿਆਨ ਇਹ ਚਲਾ ਗਿਆ ਵੀ ਫਲਾਣੇ ਦੇ ਪੈਸੇ ਦੇਣੇ ਗੱਲ ਮੈਂ ਤੁਹਾਡੇ ਨਾਲ ਕਰੀ ਜਨਾ ਹੁਣ ਇਹੀ ਆ ਨਾ ਦੇਖੋ ਇਹ ਆਪਾਂ ਇਥੋਂ ਆਪਣਾ ਹੁਣ ਦੇਖੋ ਗੁੱਸਾ ਨਾ ਕਰਿਓ ਪਤਾ ਲੱਗਿਆ ਵੀ ਤੁਸੀਂ ਸ਼ਬਰ ਦਾ ਅਵੇਹਾਸ ਨਹੀਂ ਕਰਦੇ ਹੂੰ ਤੁਸੀਂ ਸਿੱਧੀ ਜਿਹੀ ਆਵੀਂ ਜ਼ਿੰਦਗੀ ਜੀ ਰਹੇ ਹੋ ਠੀਕ ਹੈ ਤੇ ਜੇ ਤੁਸੀਂ ਆਨੰਦ ਸਾਹਿਬ ਪੜ੍ਹਦੇ ਹੋ ਬਾਣੀ ਤਾਂ ਹੀ ਲਿਖੀ ਆ ਵੀ ਪੜ੍ਹ ਕੇ ਵਿਚਾਰੋ ਉਹਦੇ ਚ ਲਿਖਿਆ ਕਰਮੀ ਸਹਜ ਨਾਲ ਉਪਜੇ ਬਿਨ ਸਹਜੇ ਸਹਸਾ ਨਾ ਜਾਏ ਜੇ ਤੂੰ ਕੱਲਾ ਕਰਮ ਦੇ ਨਾਲ ਹੀ ਜੁੜਿਆ ਰਹਿਣਾ ਤੇਰੇ ਮਨ ਦੇ ਵਿੱਚ ਸਹਜ ਨਹੀਂ ਪ੍ਰਗਟ ਹੋਊਗੀ ਸੰਸੇ ਬਣ ਲੱਗ ਜਾਣਾ ਵਹਿਮ ਬਣ ਲਾ ਹੂੰ ਤਾਂ ਹੀ ਤਾਂ ਸਾਨੂੰ ਸ਼ਬਦ ਦਾ ਅਭਿਆਸ ਦੱਸਿਆ ਤਾਂ ਹੀ ਨਿਤਨੇਮ ਦੱਸਿਆ ਤਾਂ ਹੀ ਗੁਰੂ ਘਰ ਬਣਾਏ ਆ ਵੀ ਤੁਸੀਂ ਨਾਲ-ਨਾਲ ਸਿਮਰਨ ਵੀ ਕਰੋ ਹੂੰ ਹੁਣ ਜਦੋਂ ਲਗਾਤਾਰ ਮਨ ਵਿਚਾਰਾਂ ਵਿੱਚ ਚੱਲਦਾ ਰਹਿੰਦਾ ਚੱਲੀ ਜਾਂਦਾ ਚੱਲੀ ਜਾਂਦਾ ਉਹ ਵਿਚਾਰਾਂ ਦਾ ਬਹਾ ਅੰਦਰ ਵਧਣਾ ਹੀ ਹੈ ਨਾ ਉਹਦਾ ਸਿਖਰ ਕੀ ਹੈ ਫਿਰ ਜਦੋਂ ਅਨਹਦ ਨਾਦ ਵੱਜ ਗਿਆ ਜਾਂ ਇਸ ਪਹਿਲਾਂ ਤਾਂ ਇਹ ਦੱਸੋ ਵੀ ਇਹਨੂੰ ਅਚੀਵ ਕਰਨਾ ਕਿੰਨਾ ਔਖਾ ਹੈ ਸਮਾਂ ਕਿੰਨਾ ਲੱਗਦਾ ਹੈ ਸਮਾਂ ਇਹ ਗੁਰਮਤਿ ਦੇ ਵਿੱਚ ਪ੍ਰੇਮ ਦੀ ਖੇਡ ਆ ਜਿੰਨੀ ਤੁਹਾਡੇ ਅੰਦਰ ਖਿੱਚ ਆ ਕਾਸ਼ੀਸ਼ਾ ਪ੍ਰੇਮ ਆ ਕਿਉਂਕਿ ਇਹ ਮਾਲਕ ਦੀ ਦਾਤ ਆ ਆਪਾਂ ਉਹਦੇ ਕੋਲ ਜਿੰਨੇ ਜਿੰਨਾ ਆਪਾਂ ਵਿਚਾਰਾਂ ਤੋਂ ਰਹਿਤ ਹੋ ਕੇ ਰਹਿਨੇ ਆ ਜਿੰਨਾ ਆਪਾਂ ਸਿਮਰਨ ਤੁਰਦੇ ਆ ਫਿਰਦੇ ਆ ਕਰਦੇ ਆ ਇਧਰ ਮਿਹਨਤ ਕਰਦੇ ਆ ਮਿਹਨਤ ਇਹੀ ਦਸੀ ਆ ਵੀ ਤੁਰਦੇ ਫਿਰਦੇ ਕਰਮ ਕਰਦੇ ਆ ਫਿਰ ਕਰਮ ਤੋਂ ਜਦੋਂ ਵਿਹਲੇ ਹੁੰਨੇ ਉਦੋਂ ਬੈਠ ਕੇ ਕਰਨਾ ਸਾਨੂੰ ਇਹ ਨਹੀਂ ਗਿਆ ਵੀ ਤੁਸੀਂ ਜਾ ਕੇ ਵੀ ਮਤਲਬ ਕਿ ਗ੍ਰਸਤ ਵੀ ਛੱਡਦੇ ਹੋ ਪਰਿਵਾਰ ਵੀ ਛੱਡਦੇ ਹੋ ਤੇ ਫਿਰ ਤੁਸੀਂ ਸਾਰਾ ਕੁਝ ਛੱਡ ਕੇ ਤੇ ਫਿਰ ਉਹ ਚਲੇ ਜਾਓ ਨਹੀਂ ਗ੍ਰਸਤ ਦੇ ਵਿੱਚ ਹੀ ਮਤਲਬ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਤਿੰਨਾਂ ਦਾ ਇੱਕੋ ਹੀ ਕਰਨਾ ਆਪਾਂ ਕਹਿੰਦੇ ਨਾ ਅੰਤਰਗੁਰੂ ਦਾ ਨਾ ਜੀਵਾ ਜਾਪ ਕਰਨਾ ਉਹ ਨੇਤਰੀ ਸਤਗੁਰੂ ਵੇਖਣਾ ਸਰਵਣੀ ਸੁਣਨਾ ਕਰਨਾ ਉਹ ਤਿੰਨੇ ਪ੍ਰੋਸੈਸ ਇਕੱਠੇ ਆ ਉਹਦੇ ਵਿੱਚ ਫਿਰ ਥੋੜਾ ਮਨ ਵਿਚਾਰ ਕਿੰਨੀ ਛੇਤੀ ਛੱਡਦਾ ਤੁਸੀਂ ਮਾਇਆ ਦੇ ਵਿੱਚ ਜਿਹੜੇ ਫੁਰਨੇ ਲਈ ਜਾਂਦੇ ਆ ਲਈ ਜਾਂਦੇ ਆ ਜਿੰਨੀ ਛੇਤੀ ਤੁਸੀਂ ਅੰਦਰੋਂ ਮਾਇਆ ਦੇ ਵਿਚਾਰ ਛੱਡਦੇ ਹੋ ਹੂੰ ਬਾਰੋਂ ਤਾਂ ਆਇਆ ਹੈ ਹੀ ਹੈ ਇਹਨੂੰ ਬਾਹਰੋਂ ਨਹੀਂ ਛੱਡਣਾ ਅੰਦਰ ਕਰਕੇ ਅੰਦਰੋਂ ਜਿੰਨਾਂ ਦਾ ਮੋਹ ਟੁੱਟਾ ਤਿੰਨਾਂ ਦਾ ਸ਼ਬਦ ਸੱਚੇ ਸਵਾਰਿਆ ਫਿਰ ਉਹਦਾ ਸਿਖਰ ਕੀ ਹੈ ਉਹਦਾ ਸਿਖਰ ਪਹਿਲੋ ਸ਼ਬਦ ਸ਼ਬਦ ਤੋਂ ਬਾਅਦ ਫਿਰ ਅੰਦਰ ਅਨਹਦ ਬਾਣੀ ਉਹ ਨਾਮ ਅਨਹਦ ਬਾਣੀ ਦੇ ਵਿੱਚ ਜਦੋਂ ਅਸੀਂ ਧਿਆਨ ਕਰਕੇ ਬੈਠਦੇ ਆਂ ਵਿਚਾਰਾਂ ਤੋਂ ਰਹਿਤ ਹੁੰਨੇ ਆ ਜਿਹਦੀ ਗੁਰਬਾਣੀ ਵਿੱਚ ਅਨਹਦ ਬਾਣੀ ਤੁਸੀਂ ਰੋਜ਼ ਹੀ ਆਪਾਂ ਪੜ੍ਹਦੇ ਆਂ ਅਨੰਦ ਸੁਣੋ ਵਰਡ ਭਾਗੀਓ ਸਗਲ ਮਨੋਰਥ ਪੂਰੇ ਉਹਦੇ ਵਿੱਚ ਫਿਰ ਅੰਮ੍ਰਿਤ ਦੀ ਪ੍ਰਾਪਤੀ ਹੈ ਜਿਹੜਾ ਅੰਮ੍ਰਿਤ ਸਾਡੇ ਅੰਦਰ ਪਿਆ ਮਹਾਰਾਜ ਕਹਿੰਦੇ ਸੁਰਨਾਰ ਮੋਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਦਰੋਂ ਅੰਮ੍ਰਿਤ ਸਾਡੇ ਪ੍ਰਗਟ ਹੁੰਦਾ ਹੂੰ ਜਿਵੇਂ ਹੁਣ ਜਿਹੜੀ ਅੰਮ੍ਰਿਤ ਦੀ ਗੱਲ ਲਾਈ ਪਰ ਅੰਮ੍ਰਿਤ ਦਸਵੇਂ ਪਾਸ਼ਾ ਜੀ ਨੇ ਖੰਡੇ ਬਾਟੇ ਦੇ ਰੂਪ ਚ ਪ੍ਰਗਟ ਕੀਤਾ ਪਰ ਗੁਰਬਾਣੀ ਚ ਅੰਮ੍ਰਿਤ ਦੀ ਗੱਲ ਕਿਹੜੀ ਹੈ ਉਹ ਇਹੀ ਨਾਮ ਦੁਆਰਾ ਅੰਦਰੋਂ ਅੰਮ੍ਰਿਤ ਹੁੰਦਾ ਤੇ ਮਹਾਰਾਜ ਮੋਹਰ ਲਾਉਂਦੇ ਆ ਜਿਹਨੂੰ ਅੰਮ੍ਰਿਤ ਮਿਲ ਗਿਆ ਉਹਦਾ ਜਨਮ ਮਰਨ ਖੰਡਨ ਆ ਆਸਵਾਸਾ ਦਾ ਧਨ ਜਦੋਂ ਖਤਮ ਹੋਊਗਾ ਜੂਨਾ ਚ ਨਹੀਂ ਜਾਊਗਾ ਤੂੰ ਘਰ ਵਾਪਸ ਆਏਗਾ ਅੱਛਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠਦੇ ਆ ਸੰਤ ਤੇ ਜਿਹੜਾ ਕੱਲਾ ਥਾਟ ਪ੍ਰੋਸੈਸ ਚ ਹੀ ਰਹਿ ਗਿਆ ਉਹਨੂੰ ਇਹੀ ਰਹਿ ਗਿਆ ਮੇਰਾ ਬਿਜ਼ਨਸ ਮੇਰੀ ਘਰ ਵਾਲੀ ਮੇਰੇ ਬੱਚੇ ਮੇਰਾ ਆਹ ਉਹਨੇ ਮੇਰਾ ਮਾੜਾ ਕਰਤਾ ਉਹਨੇ ਮੇਰਾ ਚੰਗਾ ਕਰਤਾ ਉਹ ਕਹਿੰਦਾ ਜੂਨਾ ਚ ਜਾਊਗਾ ਫਿਰ ਇਹ ਅਚੀਵ ਕਰਨ ਤੋਂ ਬਾਅਦ ਤੁਸੀਂ ਉਹ ਰਹਿਤ ਹੋ ਗਏ ਉਸ ਤੋਂ ਬਾਅਦ ਹਾਂ ਹਾਂ ਉਹ ਉਸ ਤੋਂ ਬਾਅਦ ਰਹਿਤ ਹੋ ਗਏ ਪਰ ਜਿਵੇਂ ਹੁਣ ਆਪਾਂ ਇੱਕ ਬੀਜ ਸਿੱਟਤਾ ਬੀਜ ਉੱਗ ਗਿਆ ਪਰ ਹੁਣ ਉਹਦੀ ਰਖਵਾਲੀ ਆ ਵੀ ਸਾਡਾ ਮਨ ਫੇਰ ਨਾ ਨਾਮ ਨੂੰ ਛੱਡ ਕੇ ਫੇਰ ਦੁਬਾਰੇ ਅ ਮਤਲਬ ਕਿ ਉਸੇ ਤਰ੍ਹਾਂ دنی avi زندگی ਵਿੱਚ ਚਲਾ ਜਾਵੇ ਫਿਰ ਸਾਰਾ ਕੁਝ ਛੱਡ ਛਾੜ ਕੇ ਵੀ ਪਹਿਲਾਂ ਤੁਸੀਂ ਇਹ ਅਭਿਆਸ ਕਰਕੇ ਫਿਰ ਉਹ ਜਿਹੜੀ ਸੁਪਰੀਮ ਪਾਵਰ ਹੈ ਉਹਦੇ ਨਾਲ ਵੀ ਕਨੈਕਟ ਹੋਇਆ ਜਾ ਸਕਦਾ ਹੈ ਫਿਰ ਜਦੋਂ ਤੁਸੀਂ ਨਾਮ ਨੂੰ ਸੁਣੋਗੇ ਨਾਮ ਨੂੰ ਸੁਣ ਕੇ ਫਿਰ ਅੰਦਰੋਂ ਹੀ ਉਸ ਨਾਮ ਦੁਆਰਾ ਫਿਰ ਪ੍ਰਕਾਸ਼ ਉਸ ਜੋਤ ਦਾ ਮਾਲਕ ਦਾ ਜਿਹੜਾ ਤੁਹਾਡੇ ਅੰਦਰ ਵਸਿਆ ਬਾਹਰ ਵਸਿਆ ਉਹ ਪ੍ਰਕਾਸ਼ ਤੁਹਾਨੂੰ ਪ੍ਰਗਟ ਹੋਣਾ ਉਹ ਮਹਿਸੂਸ ਹੋਊਗਾ ਦਿਖਦਾ ਵੀ ਹੈ ਦਿਖੂਗਾ ਨਿਤਰੀ ਸਤਗੁਰੂ ਪੇਖਣਾ ਮਹਾਰਾਜ ਜਤੇ ਪਾਛਾ ਨੇ ਕੀ ਕੀ ਆਇਆ ਇਹ ਨਹੀਂ ਕਿ ਆ ਵੀ ਅੱਜ ਤੱਕ ਇਹਦੇ ਦੇ ਹੁਣ ਜਿਵੇਂ ਆਪਾਂ ਗੱਲ ਕੀਤੀ ਆ ਵੀ ਨਾਮ ਦੱਸਣਾ ਨਹੀਂ ਕਿਸੇ ਨੂੰ ਰੱਬ ਦੀ ਗੱਲ ਦੱਸਣੀ ਨਹੀਂ ਮਹਾਰਾਜ ਗੁਰਬਾਣੀ ਚ ਕਹਿੰਦੇ ਮੈਂ ਪੇਖਿ ਹੋ ਰੀ ਉੱਚਾ ਉਹ ਹੁਣ ਸਭ ਤੋਂ ਉੱਚਾ ਸੀ ਅੱਖਾਂ ਨਾਲ ਦੇਖਿਆ ਆ ਤੇ ਇੱਥੋਂ ਤੱਕ ਕਹਿ ਦਿੱਤਾ ਸਾਹਿਬ ਮੇਰਾ ਸਦਾ ਹੈ ਦੀਸਾ ਸ਼ਬਦ ਕਮਾਏ ਸਾਹਿਬ ਮੇਰਾ ਸਦਾ ਆ ਤੇ ਦੇਖਦਾ ਵੀ ਆ ਕਹਿੰਦਾ ਜਿਹੜਾ ਸ਼ਬਦ ਕਮਾਉ ਉਹਨੂੰ ਦਿਖੂਗਾ ਵੀ ਉਹ ਫਿਰ ਪ੍ਰਕਾਸ਼ ਰੂਪ ਜਿਸ ਤਰ੍ਹਾਂ ਜਿਹੜਾ ਨੇਤਰਹੀਣ ਹੈ ਜਿਹਦੀਆਂ ਆ ਆ ਅੱਖਾਂ ਹੈ ਹੀ ਨਹੀਂ 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 ਇਹ ਨੇਤਰ ਅੰਧ ਸੇ ਇਹ ਤਾਂ ਅੰਨੇ ਆ ਇਹਨਾਂ ਨੂੰ ਦਿਖਣਾ ਜਿਹੜਾ ਇਹ ਮਨ ਕਨੈਕਟ ਆ ਨਾ ਦੇਹੀ 'ਚ ਮਨ ਨੇ ਜੋਤ ਸਰੂਪੀ ਅੱਖਾਂ ਦੁਆਰਾ ਧਿਆਨ ਦੁਆਰਾ ਉਹਨੂੰ ਦੇਖਣਾ ਇਹ ਤਾਂ ਸੰਸਾਰੀ ਨੈਤਰ ਆ ਇਹਨਾਂ ਦਾ ਆਕਾਰ ਦੇਖਣਾ ਜਿਹੜਾ ਅੰਦਰ ਮਨ ਇਹਨੂੰ ਪ੍ਰੋਸੈਸ ਕਰਦਾ ਪਿਆ ਹੁਣ ਦੇਖੋ ਤੁਸੀਂ ਮੈਨੂੰ ਗੱਲ ਕਰਦੇ ਪਿਓ ਤੁਸੀਂ ਸੋਚ ਕੇ ਤਾਂ ਨਹੀਂ ਕਰ ਰਹੇ ਸੈ ਸੁਭਾਈ ਚੱਲਦਾ ਪਿਆ ਬਿਲਕੁਲ ਮੈਂ ਵੀ ਸੈ ਸੁਭਾਈ ਚੱਲਦਾ ਪਿਆ ਬਿਲਕੁਲ ਇਹ ਕੌਣ ਚਲਾਉਂਦਾ ਪਿਆ ਦੇਖੋ ਥੌਟ ਪ੍ਰੋਸੈਸ ਚੱਲਦਾ ਪਿਆ ਭਾਵਨਾ ਚੱਲਦੀ ਪਈ ਆ ਇਹ ਇਹ ਵੀ એનર્ਜੀ ਐ ਪਾਵਰ ਐ ਕੋਈ ਜਿਹਨੇ ਆਪਾਂ ਨੂੰ ਭੇਜਿਆ ਉਹ ਚਲਾ ਰਿਹਾ ਇਹ ਕਰਮ ਚੱਲਦਾ ਥੋੜਾ ਮੇਰਾ ਮਿਲਣਾ ਅੱਜ ਨਿਸ਼ਚਿਤ ਆ ਫਿਰ ਉਹ ਕੰਟਰੋਲ ਕਰ ਰਿਹਾ ਸਭ ਕੁਝ ਸਭ ਕੁਝ ਕੰਟਰੋਲ ਕਰਦਾ ਫਿਰ ਦੇਖੋ ਤੁਸੀਂ ਦੇਖੋ ਮੇਰੇ ਆ ਹੱਥ ਆਪ ਹੀ ਹਿੱਲ ਰਹੇ ਆ ਮੈਂ ਬੋਲ ਰਿਹਾ ਤੁਸੀਂ ਮੇਰੇ ਨਾਲ ਰਿਐਕਟ ਕਰ ਰਹੇ ਹੋ ਫਿਰ ਤੁਹਾਨੂੰ ਹੁਣ ਆਉਂਦਾ ਵੀ ਹੁਣ ਇਹਨੂੰ ਆਹ ਪੁੱਛੀਏ ਆਹ ਨਹੀਂ ਆਹ ਕਰੀਏ ਇਹ ਕੌਣ ਕਰਦਾ ਪਿਆ ਠੀਕ ਆ ਕਿ ਨਹੀਂ ਹੁਣ ਆਪਾਂ ਕਹਿੰਦੇ ਆ ਵੀ ਜੀ ਦਿਮਾਗ ਕੰਮ ਕਰਦਾ ਪਰ ਤੁਸੀਂ ਕਦੇ ਦੇਖਿਆ ਹੋਵੇ ਜਿਹੜੇ ਮਰੀਜ਼ਾਂ ਦੀ ਯਾਦਦਾਸ਼ਤ ਚਲੀ ਜਾਂਦੀ ਆ ਹੂੰ ਮੰਨ ਲਓ ਕਿਸੇ ਦੀ ਯਾਦਦਾਸ਼ਤ ਚਲੀ ਗਈ ਬਿਲਕੁਲ ਜਦੋਂ ਯਾਦਦਾਸ਼ਤ ਚਲੀ ਗਈ ਉਹ ਸਾਰਾ ਕੁਝ ਭੁੱਲ ਗਿਆ ਵੀ ਮੇਰੇ ਮਾਤਾ ਪਿਤਾ ਪਰ ਉਹ ਜਦੋਂ ਬੋਲਦਾ ਉਹ ਉਸੇ ਹੀ ਭਾਸ਼ਾ ਚ ਕਹੇਗਾ ਵੀ ਮੇਰੇ ਕੋਲ ਕੁਝ ਯਾਦ ਨਹੀਂ ਆ ਰਹਾ ਜਾਂ ਮੈਨੂੰ ਕੁਝ ਯਾਦ ਨਹੀਂ ਆਉਂਦਾ ਇਹ ਕੀ ਆ ਫਿਰ ਉਹ ਆਪਦੀ ਭਾਸ਼ਾ ਕਿਉਂ ਨਹੀਂ ਭੁੱਲਿਆ ਠੀਕ ਆ ਸਬਕੌਨਸ਼ੀਅਸ ਮਾਈਂਡ ਨਹੀਂ ਇਹ ਜਿਹੜੀ એનર્ਜੀ ਆ ਹੂੰ ਮਨ ਦੇਖੋ ਹੁਣ ਸਬਕੌਨਸ਼ੀਅਸ ਮਾਈਂਡ ਦਾ ਖੇਲ ਇਹ ਨਹੀਂ ਹੁਣ ਦੇਖੋ ਸਵੇਰੇ ਆਪਾਂ ਸਾਰੇ ਵਿਚਾਰ ਲੈਨੇ ਆ ਆਪਦਾ ਕੰਮ ਸੰਭਾਲਦੇ ਆ ਸਾਰਾ ਕੁਝ ਕਰਦੇ ਆ ਜਦੋਂ ਮਨ ਰਾਤ ਨੂੰ ਇਸ ਦੇਹੀ ਤੋਂ ਵੱਖ ਹੋ ਜਾਂਦਾ ਹੂੰ ਸ਼ਾ ਆਪਾਂ 9 10 ਵਜੇ ਜਦੋਂ ਆਰਾਮ ਵਿੱਚ ਹੋਏ ਸਹਿ ਸਵੇਰੇ ਆਪਾਂ ਹੌਲੀ 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 ਵਿਚਾਰਾਂ ਦਾ ਪ੍ਰੋਸੈਸ ਹੌਲੀ ਹੋਇਆ ਘਟਦਾ ਘਟਦਾ ਬਿਲਕੁਲ ਜੀਰੇ ਹੋਏ ਜ਼ੀਰੋ ਹੋ ਗਿਆ ਇੱਕਦਮ ਆਪਣਾ ਘਰਾੜਾ ਵੱਜਿਆ ਘਰਾੜਾ ਵੱਜਦੇ ਜਿਹੜਾ ਮਨ ਉਹ ਬਾਅਦ ਧਿਆਨ ਬਾਹਰ ਨਿਕਲ ਗਿਆ ਉਹਨੂੰ ਕਹਿੰਦੇ ਸੁੰਨ ਚ ਚਲਿਆ ਗਿਆ ਉਦੋਂ ਵੀ ਆ ਸਾਰਾ ਮਾਈਂਡ ਸਭ ਇੱਥੇ ਸਵਾਸ ਚੱਲਦੇ ਆ 8-10 ਘੰਟੇ ਸਰੀਰ ਹਿੱਲਿਆ ਹਲਾਇਆ ਨਹੀਂ ਹਿੱਲਦਾ ਸੁਪਨੇ ਆ ਰਹੇ ਹੁੰਦੇ ਉਦੋਂ ਹਾਂ ਉਹੀ ਸੁਪਨਾ ਕਿੱਥੇ ਆਉਂਦਾ ਤੁਸੀਂ ਤਾਂ ਕਮਰੇ 'ਚ ਹਨੇਰਾ ਕਰਕੇ ਪਏ ਹੋ ਉੱਥੇ ਕਿਹੜਾ ਫਿਰ ਚਾਨਣ ਜਿੱਥੇ ਜਾ ਕੇ ਸੁਪਨਾ ਆਉਂਦਾ ਆਖਰ ਇੱਥੇ ਹੁਣ ਆ ਲਾਈਟਿੰਗ ਆਪਣੀ ਹੈਗੀ ਆ ਸਟੂਡੀਓ 'ਚ ਆ ਬਾਹਰ ਆ ਤਾਂ ਹੀ ਦਿਖਦਾ ਫਿਰ ਉਹ ਕਿਹੜੇ ਚਾਨਣ 'ਤੇ ਜਾ ਕੇ ਸੁਪਨਾ ਦੇਖਦਾ ਮੰਨ ਰਾਤ ਨੂੰ ਤੇ ਉਹ ਕੌਣ ਲੋਕ ਆ ਕਈ ਵਾਰੀ ਜਾਣ-ਅਣਜਾਣ ਦੇਖਦੇ ਆ ਉਹ ਸੂਖਮ ਉਹ ਥਾਵਾਂ ਜਿਹੜੀਆਂ ਥਾਵਾਂ ਕਦੇ ਗਏ ਵੀ ਨਹੀਂ ਆਪਾਂ ਉਹ ਥਾਵਾਂ ਕਿਵੇਂ ਨਜ਼ਰ ਆਉਂਦੀਆਂ ਇਹ ਹੀ ਆ ਨਾ ਇੱਥੋਂ ਪਤਾ ਲੱਗਦਾ ਸਿਰਫ ਇਹ ਦ੍ਰਿਸ਼ਟਮਾਨ ਦੁਨੀਆ ਨਹੀਂ ਨਿਰਗੁਣ ਵੀ ਹੈਗਾ ਸੂਖਮ ਦੁਨੀਆ ਵੀ ਹੈਗੀ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਕੁਛ ਨਹੀਂ ਜੀ ਚੰਗਾ ਮੰਦਾ ਇੱਥੀ ਆ ਕਿਹੜਾ ਰੱਬ ਆ ਜੀ ਇੱਥੀ ਜੋ ਕਰ ਲੋਂਗੇ ਮਰੇ ਨੇ ਆ ਕੇ ਦੱਸਿਆ ਨਹੀਂ ਜਿਉਂਦਾ ਕੋਈ ਗਿਆ ਨਹੀਂ ਕੋਈ ਸਵਰਗ ਨਰਕ ਨਹੀਂ ਹੁੰਦਾ ਬੁਲਾਣਾ ਕੁਛ ਨਹੀਂ ਫਿੰਦਰ ਕਹਾ ਕਿਨੇ ਦੇਖੀਆਂ ਜੀ ਕਿਨੇ ਕਿਨੇ ਉਹ ਗੁਰਬਾਣੀ ਨਹੀਂ ਨਾ ਪੜਦੇ ਮਹਾਰਾਜ ਤਾਂ ਕਹਿੰਦੇ ਆ ਪਾਪੀ ਕਰਮ ਕਮਾਵਾ ਦੇ ਕਰਦੇ ਹਾਏ ਹਾਏ ਨਾਨਕ ਜੋ ਮਥਨ ਮਧਾਨੀਆਂ ਤੇ ਉਹ ਮਥੇ ਧਰਮ ਰਾਏ ਮਹਾਰਾਜ ਤਾਂ ਕਹਿ ਰਹੇ ਆ ਧਰਮ ਰਾਜ ਹੁੰਦਾ ਚਿੱਤ ਗੁਪਤ ਹੁੰਦਾ ਹੈ ਇਹ ਸਾਰਾ ਕੁਝ ਬਿਲਕੁਲ ਬਿਲਕੁਲ ਮੌਤ ਤੋਂ ਬਾਅਦ ਦੁਨੀਆ ਹੈ ਤਾਂ ਹੀ ਤਾਂ ਪ੍ਰੋਸੈਸ ਹੋ ਰਿਹਾ ਸਾਰਾ ਬੰਦਾ ਜਾਂਦਾ ਕਿੱਥੇ ਆਉਂਦਾ ਕਿੱਥੋਂ ਜੇਕਰ ਇਨਸਾਨ ਇਥੋਂ ਕਰਮ ਕਰਦਾ ਕਰਮ ਦੁਆਰਾ ਉਹਦਾ ਲਾਅ ਆਫ ਅਟਰੈਕਸ਼ਨ ਜੇ ਉਹ ਨਾਮ ਵਾਲੇ ਪਾਸੇ ਨਹੀਂ ਗਿਆ ਵਿਚਾਰਾਂ ਚ ਹੀ ਰਿਹਾ ਫਿਰ ਮਹਾਰਾਜ ਕਹਿੰਦੇ ਆ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹਾਇਵ ਤੇ ਜਿਹੜਾ ਨਾਮ ਵਾਲੇ ਵਿੱਚ ਚਲਿਆ ਗਿਆ ਉੱਥੇ ਕਹਿੰਦੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੀ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬੋਸ ਉਹ ਖੰਡ ਪਰਵੰਡਾ ਗੁਰਬਾਣੀ ਨੂੰ ਐ ਵਿਚਾਰੋ ਆਪਾਂ ਕਹਿੰਨੇ ਆ ਵੀ 51 ਪਾਠ ਕਰ ਦਿਓ ਐਨੇ 4 ਘੰਟੇ ਜਾ ਕੇ ਤੁਸੀਂ ਫਲਾਣੀ ਜਗ੍ਹਾ ਤੇ ਪਾਠ ਕਰ ਦਿਓ 6 ਘੰਟੇ ਜਾ ਕੇ ਕਰ ਦਿਓ ਤੁਹਾਡੀਆਂ ਛਾਵਾਂ ਪੂਰਨ ਹੋ ਜਾਣ ਤੁਸੀਂ ਕੋਈ ਲਾਭ ਨਹੀਂ ਹੋਣਾ ਤੁਸੀਂ ਗੁਰਬਾਣੀ ਨੂੰ ਤੰਤਰਾ ਮੰਤਰਾਂ ਚ ਲੈ ਲਿਆ ਤੁਸੀਂ ਤਾਂ ਸੰਸਾਰੀ ਪੂਰਤੀ ਲਈ ਗੁਰਬਾਣੀ ਨੂੰ ਲੈ ਲਿਆ ਵੀ ਜਿਵੇਂ ਕੋਈ ਤੁਹਾਡਾ ਕੰਮ ਸਵਾਰ ਦੂਗਾ ਇੱਥੋਂ ਤੱਕ ਹੀ ਸਬੰਧਾ ਉਹਦੀ ਖੋਜ ਨਹੀਂ ਕਰ ਰਹੇ ਹੁਣ ਮੈਂ ਬੱਚਾ ਚਾਹੀਦੀ ਹੈ ਬੱਚਾ ਚਾਹੀਦਾ ਹੈ ਕਾਰੋਬਾਰ ਚ ਵਾਧਾ ਹੋ ਜੇ ਅਰਦਾਸ ਵੀ ਇਹੀ ਕਰਦੇ ਆ ਹਾਂਜੀ ਹਾਂਜੀ ਕਿ ਕਾਰੋਬਾਰ ਚ ਵਾਧੇ ਪੈਣ ਬਿਲਕੁਲ 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 ਉਹ ਹੁਣ ਕਾਰੋਬਾਰ ਆਪਾਂ ਇਹ ਅਰਦਾਸ ਕਦੇ ਨਹੀਂ ਕਰਦੇ ਵੀ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਸਾਨੂੰ ਉਹ ਅਨਹਦ ਨਾਦ ਵੱਜਣ ਮਹਾਰਾਜ ਹਾਂਜੀ ਨਹੀਂ ਕਰਦੇ ਹੈਗੇ ਆ ਕਰਦੇ ਆ ਪਰ ਰੋਜ਼ ਪ੍ਰਿਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਯਾ ਯਾ 26 ਮਿੰਟ ਦੀ ਆਪਾਂ ਵੀਡੀਓ ਦੇਖੀਏ ਤੇ ਇਸ ਵੀਡੀਓ ਦੇ ਵਿੱਚ ਆਪਾਂ ਬਹੁਤ ਕੁਝ ਸਿੱਖਿਆ ਅੱਛਾ ਆਪਾਂ ਇਹ ਸਮਝਨੇ ਆ ਕਿ ਰੂਹ ਤੇ ਸ਼ਰੀਰ ਇਹ ਦੋ ਚੀਜ਼ਾਂ ਦੋ ਚੀਜ਼ਾਂ ਆ ਲਕਿਨ ਇਸ ਇਹ ਕਹਿ ਰਹੇ ਨੇ ਕਿ ਰੂਹ ਏ ਤੇ ਮਨ ਨੇ ਤੇ ਸ਼ਰੀਰ ਤਿੰਨ ਚੀਜ਼ਾਂ ਇਹ ਕਹਿ ਰਹੇ ਸਿੱਖ ਧਰਮ ਦੇ ਵਿੱਚ ਇਹ ਵੈ ਤੇ ਉਹਨੇ ਜੇ ਮਨ ਜਿਹੜਾ ਨਾ ਉਹ ਨੈਗੇਟਿਵ ਪੋਜ਼ਿਟਿਵ ਹੁੰਦਾ ਹੈ ਤੇ ਰੂਹ ਜਿਹੜੀ ਉਹ ਬੇਕਸੂਰ ਕਿਉਂਕਿ ਰੱਬ ਵੱਲੋਂ ਆਈ ਹੈ ਨਾ ਤੇ ਉਹ ਬੇਕਸੂਰ ਹੈ ਤੇ ਸ਼ਰੀਰ ਜਿਹੜਾ ਉਹ ਸਾਰਾ ਕੁਝ ਜੋ ਸਜ਼ਾ ਜਜ਼ਾ ਮਿਲਦੀ ਉਹ ਸ਼ਰੀਰ ਨੂੰ ਮਿਲਦੀ ਹੈ ਤੇ ਸਜ਼ਾ ਦਵਾਾ ਕੌਣ ਰਹਾ ਮਨ ਮਨ ਜਿਹੜਾ ਸੁਦਾ ਦੁਆਰ ਮੈਂ ਸੱਚ ਤੈਨੂੰ ਇੱਕ ਗੱਲ ਦੱਸਾਂ ਯਈ ਅਕਸਰ ਲੋਕ ਇਹ ਸੋਚਦੇ ਨੇ ਕਿ ਯਾਰ ਅਸੀਂ ਸਾਡਾ ਸਰੀਰ ਇੱਥੇ ਵੇ ਸਾਡਾ ਮਨ ਪਤਾ ਨਹੀਂ ਕਿੱਥੇ ਹੈ ਹਾਂ ਇੰਜ ਹੁੰਦਾ ਨਾ ਹਾਂਜੀ ਉਹ ਬੇਸਿਕਲੀ ਯਈਆ ਸਰੀਰ ਤੇ ਮਨ ਜਿਹੜਾ ਨਾ ਉਹ ਸੰਪੂਰਨ ਹੋ ਕੇ ਚੱਲਦੇ ਨੇ ਇਹ ਇਕੱਠੇ ਚੱਲਦੇ ਨੇ ਸਹੀ ਕਾ ਤੁਸੀਂ ਕਦੀ ਵੇਖਿਆ ਕਿ ਮੇਰਾ ਮਨ ਗਵਾਚ ਗਿਆ ਕਦੀ ਵੀ ਨਹੀਂ ਕੋਈ ਕਹਿੰਦਾ ਹਾਂਜੀ ਭਲਾ ਕਿਉਂ ਹੁੰਦਾ ਇੰਜ ਆਪਣਾ ਬੰਦਾ ਆਪਣੀਆਂ ਖੁਆਇਸ਼ ਵਧਾ ਲੈਂਦਾ ਤੇ ਸ਼ਨਾਖਤ ਵਧਾ ਲੈਂਦਾ ਮਿਸਾਲੀ ਤੌਰ ਤੇ ਬੰਦਾ ਨੇ ਜਿਵੇਂ ਕੋਈ ਗੱਡੀ ਲੈਣੀ ਹੈ ਜਾਂ ਕੋਈ ਬੰਦੇ ਨੇ ਕੋਈ ਪ੍ਰਾਪਰਟੀ ਲੈਣੀ ਹੈ ਬੰਦਾ ਮਸੇਜੇ ਬੈਠਾ ਧਿਆਨ ਬੰਦੇ ਦਾ ਉੱਥੇ ਵੀ ਹੁੰਦਾ ਕਾਰੋਬਾਰ ਖਿਲ ਰਿਹਾ ਹੋਇਆ ਧਿਆਨ ਹੁੰਦਾ ਉੱਥੇ ਹੁੰਦਾ ਜਬ ਕਿ ਉਹ ਸ਼ਨਾਖਤ ਦੀ ਵਜ੍ਹਾ ਤੋਂ ਮਨ ਤੁਹਾਡਾ ਭਟਕਿਆ ਫਿਰਦਾ ਹੁੰਦਾ ਸਰੀਰ ਉੱਥੇ ਹੁੰਦਾ ਜਾਂ ਦੂਸਰੇ ਲਫ਼ਜ਼ਾਂ ਜੇ ਆਪਾਂ ਇਹ ਕਹੀਏ ਕਿ ਮਨ ਤੇ ਸਰੀਰ ਇੱਕ ਹੀ ਜਗ੍ਹਾ ਤੇ ਨੇ ਸੇ ਇਹ ਨਹੀਂ ਆਪਾਂ ਗੱਲ ਕਰਦੇ ਕਿ ਮਨ ਕਿਤੇ ਹੋਰ ਹੈ ਲੇਕਿਨ ਉਹਨਾਂ ਨੇ ਵਿੱਚ ਇੱਕ ਹੋਰ ਗੱਲ ਕੀਤੀ ਕਿ ਜਿਹੜੀ ਰੂਹ ਹੈ ਜਾਂ ਉਹ ਆਤਮਾ ਆਤਮਾ ਉਹ ਨਿਕਲ ਜਾਂਦੀ ਵਿੱਚੋਂ ਫਿਰ ਆ ਜਾਂਦੀ ਮਤਲਬ ਕਿ ਇਸਲਾਮ ਵੀ ਕਹਿੰਦਾ ਇਸਲਾਮ ਵੀ ਜਦੋਂ ਬੰਦਾ ਸੌਂਦਾ ਤੇ ਤਕਰੀਬਨ ਮਰ ਜਾਂਦਾ ਹਾਂ ਤੇ ਫਿਰ ਦੁਬਾਰਾ ਰੱਬ ਉਹਦੇ ਤੇ ਜਾਨ ਪਾ ਦਿੰਦਾ ਮਤਲਬ ਕਿ ਉਹ ਆਤਮਾ ਦੁਬਾਰਾ ਵਾਪਸ ਆਈ ਫਿਰ ਉਹ ਕਹਿੰਦੇ ਨੇ ਜੀ ਉਹ ਆਤਮਾ ਜਿਹੜਾ ਬੰਦੇ ਨੂੰ ਖਿਆਲ ਆ ਰਹੇ ਹੁੰਦੇ ਨੇ ਉਹਨਾਂ ਜਗ੍ਹਾ ਤੇ ਆਤਮਾ ਚਲੀ ਜਾਂਦੀ ਹਾਂ ਆਖੋ ਆਪ ਦੇ ਵਿੱਚ ਆਪਾਂ ਕਈ ਵਾਰੀ ਉਸ ਜਗ੍ਹਾ ਤੇ ਪਹੁੰਚੇ ਹੁੰਨੇ ਜਿਹੜਾ ਆਪਾਂ ਕਦੀ ਜ਼ਿੰਦਗੀ ਚ ਦੇਖੀ ਨਹੀਂ ਦੇਖੀ ਨਹੀਂ ਹੁੰਦੀ ਤੇ ਇਹ ਜਦ ਕ ਅਸਲਾਮ ਵੀ ਇਹ ਕਹਿੰਦਾ ਕਿ ਜਿਹੜੀ ਰੂਹ ਜਦੋਂ ਤੁਹਾਡੇ ਜਿਸਮ ਚੋਂ ਨਿਕਲ ਜਾਂਦੀ ਫਿਰ ਉਹ ਜਿੱਥੇ ਜਿੱਥੇ ਫਿਰਦੀ ਹੁੰਦੀ ਹੈ ਨਾ ਤੁਹਾਨੂੰ ਉਸ ਤਰ੍ਹਾਂ ਦੇ ਖਿਆਲ ਆ ਰਹਿੰਦੇ ਲੇਕਿਨ ਇਸਲਾਮ ਜੇ ਥੋੜਾ ਜਿਹਾ ਨਾ ਜਿਹੜਾ ਐਵੇਂ ਨਾ ਖੁਆਬ ਵਾਲਾ ਇਹ ਥੋੜਾ ਜਿਹਾ ਕੰਪਲੀਕੇਟਿਡ ਹੈ ਡੱਕ ਲਿਆ ਫਿਰ ਆਪਾਂ ਇਹਨਾਂ ਦੀ ਗੱਲ ਕਰਨੇ ਆ ਇਹ ਆਪਣੇ ਕੋਲ ਵੀਡੀਓ ਤੇ ਪੂਰੀ ਨਹੀਂ ਦੇਖੇਗੀ ਕਿਉਂਕਿ ਰੋਜ਼ੇ ਦਾ ਟਾਈਮ ਹੋ ਰਿਹਾ ਸਿੱਧੀ ਗੱਲ ਹੈ ਤੇ ਦੂਸਰਾ ਇਹ ਕਿ ਇਹਨਾਂ ਨੇ ਗੱਲ ਬੜੀ ਬੜੀਆਂ ਇਨਫਾਰਮੇਟਿਵ ਗੱਲਾਂ ਕੀਤੀਆਂ ਤੁਹਾਨੂੰ 84 ਲੱਖ ਜੂਨ ਦੀ ਨਹੀਂ ਕੋਈ ਸਮਝ ਆ ਰਹੀ ਹਾਂਜੀ ਮੈਂ ਇਹ ਕਹਿ ਰਿਹਾ ਸੀ ਕਿ ਆਪਾਂ ਦੇ ਕਹਨੇ ਆ ਨਾ ਕਿ ਇਨਸਾਨ ਜਿਹੜਾ ਮਰ ਗਿਆ ਮਰ ਗਿਆ ਤੇ ਅਗਲੇ ਤਿੰਨ ਆਲਮ ਨੇ ਹੁੰਦੇ ਚ ਇੱਕ ਆਲਮੇ ਰਵਾਜ ਇੱਕ ਆਲਮੇ ਦੁਨੀਆ ਤੇ ਇੱਕ ਆਲਮੇ ਮਰਗ ਹਾਂ ਲੇਕਿਨ ਉਹ ਕਹਿੰਦੇ ਨੇ ਕਿ ਆਪਣਾ ਆਪਾ ਕਹਿੰਦੇ ਜਿਹੜਾ ਮਰ ਗਿਆ ਉਹ ਦੁਬਾਰਾ ਵਾਪਸ ਨਹੀਂ ਆ ਸਕਦਾ ਇਸ ਦੁਨੀਆ ਦੇ ਨਹੀਂ ਆ ਸਕਦਾ ਲੇਕਿਨ ਉਹ ਉਹ ਕਹਿ ਰਹੇ ਨੇ ਕਿ 84 ਲੱਖ ਜੂਨਾਂ ਦੇ ਇਹ ਹੁੰਦੇ ਨੇ ਮਤਲਬ ਕਿ ਉਹ ਕਨਵਰਟ ਹੁੰਦਾ ਰਹਿੰਦਾ ਇਹਨਾਂ ਦੇ ਇਹ ਵੀ ਹੈ ਯਾ ਕਿ ਜਿਹੜੀ ਪਾਕ ਪਾਕ ਬੰਦਾ ਸੀ ਨਾ ਜਿਹੜਾ ਨੇਕ ਬੰਦਾ ਸੀ ਉਹ ਵਾਪਸ ਨਹੀਂ ਆਂਦਾ ਤੇ ਜਿਹੜਾ ਗੁਨਾਹਗਾਰ ਬੰਦਾ ਨਾ ਉਹ ਜਿਹੜਾ ਭਟਕਦਾ ਫਿਰਦਾ ਰਹਿੰਦਾ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਉਹ ਆਪਣੇ ਆਪ ਨੂੰ ਮੰਨ ਮੰਨੂ ਦਾ ਪਾਸ ਕਿ ਆਪਣੇ ਕੋਈ ਬਾਬੇ ਕਹਿ ਰਹੇ ਨੇ ਕਿ ਜਿਹੜਾ ਐਕਸੀਡੈਂਟ ਹੋ ਗਿਆ ਨਾ ਜਿਹਦਾ ਉਹ ਤੇ ਭੂਤ ਬਣ ਜਾਂਦਾ ਮਤਲਬ ਕਿ ਉਹ ਫਿਰਦਾ ਹੀ ਰਹਿੰਦਾ ਇੱਥੇ ਹੀ ਭਟਕਦਾ ਰਹਿੰਦਾ ਹਾਂ ਲੇਕਿਨ ਐਸਾ ਨਹੀਂ ਹੈ ਉਹਨਾਂ ਨੇ ਕਿਹਾ ਵੀਡੀਓ ਦੇ ਵਿੱਚ ਬੜੀ ਪਿਆਰੀ ਗੱਲ ਹੈ ਹਾਂਜੀ ਅੱਛਾ ਯਾ ਇਹ ਇੱਕ ਹੋਰ ਹੈ ਕਿ ਜਿਵੇਂ ਜਿਵੇਂ ਨਾ ਜ਼ਮਾਨਾ ਜਦੀਦ ਹੋ ਰਿਹਾ ਦੌਰ ਜਦੀਦ ਹੋ ਰਿਹਾ ਹਾਂਜੀ ਉਂਜੀ ਇਲਮ ਹਾਸਲ ਕਰਨਾ ਰਾ ਆਸਾਨ ਹੈ ਲੇਕਿਨ جہالت ਵਾਦਰੀ جہਾਲਤ ਵਾਦਰੀ جہਾਲਤ ਵਾਦਰੀ ਹੈ ਨਾ ਤੁਸੀਂ ਇਹ ਦੇਖਿਆ ਕਦੀ ਕਿ ਅਗਿਆਨਤਾ ਵਾਦਰੀ ਗਿਆਨ ਹਾਲਾਂਕਿ ਗਿਆਨ ਦੇ ਰਾਹ ਖੁੱਲਦੇ ਪਏ ਨੇ ਇਹ ਦੋਸਤੋ ਤੁਸੀਂ ਕਮੈਂਟ ਚ ਜ਼ਰੂਰ ਦੱਸਿਆ ਜੇ ਕਿ ਮੌਜੂਦਾ ਦੌਰ ਦੇ ਵਿੱਚ ਇਲਮ ਹਾਸਲ ਕਰਨਾ ਜਿਵੇਂ ਮੋਬਾਈਲ ਤੋਂ ਆਪ ਹਾਸਲ ਕਰ ਸਕਨੇ ਆ ਕੰਪਿਊਟਰ ਤੋਂ ਜੋ ਵੀ ਹੈ ਸੋਸ਼ਲ ਮੀਡੀਆ ਮਾਸ ਮੀਡੀਆ ਉਹਨਾਂ ਤੋਂ ਇਲਮ ਹਾਸਲ ਕਰਨਾ ਬਹੁਤ ਆਸਾਨ ਹੋ ਰਿਹਾ ਤੇ ਜਬ ਕਿ ਜੋ ਹਾਲਤ ਕਿਉਂ ਵਾਦਰੀ ਦੋਸਤੋ ਕਮੈਂਟ ਚ ਤੁਸੀਂ ਜ਼ਰੂਰ ਰੱਖਿਆ ਜੇ ਮਿਲਨੇ ਨਵੀਂ ਵੀਡੀਓ ਨਾਲ ਤੇ ਜੇ ਟਾਈਮ ਲੱਗਾ ਤੇ ਸਿ ਇਨਸ਼ਾਅੱਲਾ ਦੂਸਰਾ ਪਾਰਟ ਇਹਦਾ ਜਲਦੀ ਲੈ ਕੇ ਆਵਾਂਗੇ ਮਿਲਨੇ ਨਵੀਂ ਵੀਡੀਓ ਚ ਅੱਲਾ ਹਾਫਿਜ਼